ਇਸ ਵਕਤ ਸਾਡੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਕਲਾਕਾਰ ਸਾਡੇ ਨਾਲ ਜੁੜੇ ਨੇ ਇਸ ਵਕਤ ਜਿਨ੍ਹਾਂ ਨੇ ਸ਼ੁਰੂ ਤੋਂ ਹੀ 94 ਤੋਂ ਲੈ ਕੇ ਹੁਣ ਤੱਕ ਸਾਫ਼ ਸੁਥਰੀ ਗਾਇਕੀ ਅਤੇ ਸਾਫ਼ ਸੁਥਰੇ ਵੀਡੀਓਜ਼ ਇਹਨਾਂ ਨੇ ਕੀਤੇ ਨੇ। ਮੇਰੀ ਮੁਰਾਦ ਹੈ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਗਾਇਕ ਹਰਭਜਨ ਸ਼ੇਰਾ ਇਸ ਵਕਤ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਜੁੜੇ ਨੇ। ਸਰ ਬਹੁਤ ਬਹੁਤ ਸਵਾਗਤ ਹੈ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਅ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਰਮਨ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਆਕਾਸ਼ ਰੇਡੀਓ ਲੀਡ ਸ਼ਹਿਰ ਚ ਸੁਣਦੇ ਸਾਰੇ ਪੰਜਾਬੀਆਂ ਨੂੰ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ, ਜਿੰਨੇ ਵੀ ਮੇਰੇ ਸਾਡੇ ਬਜ਼ੁਰਗ ਨੇ, ਮਾਤਾਵਾਂ ਭੈਣਾਂ ਤੇ ਭਰਜਾਈਆਂ ਸਾਡੀਆਂ, ਸਾਡੇ ਵੀਰ ਬੱਚਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ, ਮੈਰੀ ਕ੍ਰਿਸਮਸ ਦੀਆਂ ਲੱਖ ਲੱਖ ਮੁਬਾਰਕਾਂ ਭਾਜੀ। ਵਾਹ ਜੀ ਵਾਹ, ਵਾਹ ਕਮਾਲ ਜੀ, ਬਹੁਤ ਬਹੁਤ ਧੰਨਵਾਦ ਜੀ ਭਾਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਵਾਸਤੇ ਅੱਜ, ਬੜਾ ਖਾਸ ਪ੍ਰੋਗਰਾਮ ਤੁਹਾਡੇ ਨੇ ਰੱਖਿਆ ਸੀ। ਤੁਸੀਂ ਸਾਰਿਆਂ ਦਾ ਸਮਾਂ ਸਾਡੇ ਹਵਾਲੇ ਕੀਤਾ ਬਾਬਾ ਜੀ, ਹਰਭਜਨ ਸ਼ੇਰਾ ਪਹਿਲੀ ਦਫਾ ਫਸਟ ਟਾਈਮ ਯੂਕੇ ਦੇ ਵਿੱਚ ਆਏ ਆ, ਸੋ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਸਵਾਗਤ ਕਰਦੇ ਆ, ਮਹਿਮਾਨ ਆ ਤੁਸੀਂ ਸਾਡੇ ਯੂਕੇ ਦੇ, ਤਾਂ ਮਹਿਸੂਸ ਕਰ ਰਹੇ ਜੀ ਇੰਗਲੈਂਡ ਆ ਕੇ ਕਿੱਦਾਂ ਐਕਸਪੀਰੀਅੰਸ ਹੋ ਰਿਹਾ? ਮੈਂ ਕਿਹਾ ਸੁਪਰ, ਇੱਥੇ ਇਹ ਨੀ ਪਤਾ ਲੱਗਦਾ ਧੁੱਪ ਹੈ ਤੇ ਅਗਲੇ ਚੌਂਕ ਤੇ ਜਾਂਦੇ ਹਾਂ ਤੇ ਅਗਲੇ ਰਾਊਂਡ ਅਬਾਊਟ ਤੇ ਜਾਂਦੇ ਹਾਂ। ਵਾਹ ਜੀ ਵਾਹ, ਵਾਹ ਜੀ ਵਾਹ, ਕਮਾਲ ਹੈ, ਇਹਦੇ ਵੈਦਰ ਦਾ ਕੁਛ ਨੀ ਪਤਾ, ਔਰ ਰੀਅਲੀ ਬਟ ਸ਼ਹਿਰ ਬੜਾ ਖੂਬਸੂਰਤ ਹੈ ਤੁਹਾਡਾ। ਵਾਹ ਜੀ ਵਾਹ, ਰਮਨ ਜੀ, ਬਹੁਤ ਪੰਜਾਬੀਆਂ ਨੇ ਤਰੱਕੀਆਂ ਕੀਤੀਆਂ ਨੇ, ਬਹੁਤ ਮਿਹਨਤਾਂ ਕੀਤੀਆਂ ਨੇ, ਬੜੇ ਬੜੇ ਸਾਲ ਗਾਲੇ ਆ ਇਸ ਸ਼ਹਿਰ ਚ ਆਪਣੀ ਪੀ ਆਰ ਲਈ, ਬਹੁਤ ਮਿਹਨਤਾਂ ਮਸ਼ਕਤਾਂ ਕੀਤੀਆਂ ਨੇ ਪੰਜਾਬੀਆਂ ਨੇ, ਮਤਲਬ ਅੱਜ ਪੰਜਾਬ ਆਬਾਦ ਹੈ ਤੁਹਾਡੇ ਪੰਜਾਬੀਆਂ ਕਰਕੇ, ਇਹਨਾਂ ਦਾ ਪਿਆਰ ਉੱਥੇ, ਕਾਰੋਬਾਰ ਇੱਥੇ ਵੀ ਇੰਨੇ ਚੰਗੇ ਨੇ, ਉੱਥੇ ਵੀ ਚੰਗੇ ਨੇ, ਕਿਆ ਬਾਤ ਹੈ, ਫਲ ਰਹੋ ਭਾਜੀ, ਮੈਂ ਕਹਿੰਦਾ ਚੜ੍ਹਦੀ ਕਲਾ ਰਹੋ। ਵਾਹ ਜੀ ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਭਾਜੀ। ਸੋ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਜੀ ਤੁਹਾਡੀ ਜ਼ਿੰਦਗੀ ਦੇ ਬਾਰੇ, ਸਫ਼ਰ ਕਿਸ ਤਰ੍ਹਾਂ ਰਿਹਾ, ਕਿੱਥੋਂ ਸ਼ੁਰੂਆਤ ਹੋਈ, ਗਾਇਕੀ ਦੇ ਖੇਤਰ ਵਿੱਚ ਕਿੱਦਾਂ ਤੁਸੀਂ ਆਏ? ਵਾਹ ਜੀ, ਮੈਂ ਐਕਚੁਅਲੀ ਰਮਨ ਭਾਜੀ 94 ਤੋਂ ਐਲਬਮ ਸਟਾਰਟ ਹੋ ਗਿਆ ਸੀ ਮੇਰੀਆਂ। ਹਾਂਜੀ, ਫਸਟ ਐਲਬਮ 94 ਚ ਆਈ ਸੀਗੀ, ਤੇਰੀ ਯਾਦ ਚੰਦਰੀ ਜੋ ਸੁਪਰ ਹਿੱਟ ਹੋਈ ਸੀ, ਉਹਦੇ ਗਾਣਾ ਸੀ ਨਾ ਹੈਲੋ ਹੈਲੋ ਕਰਿਆ ਕਰ ਕੋਈ ਨਵਾਂ ਪੋਣਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਉਸ ਤੋਂ ਬਾਅਦ ਚੱਲ ਸੋ ਚਾਲੀ ਹੈ ਜੀ, ਫਿਰ ਘਰ ਪੁੱਛ ਕੇ ਮੋੜ ਤੋਂ ਸਿੱਧੀ ਨੱਕ ਦੀ ਸਿਹਤ ਨੂੰ ਆ ਜਾ, ਫਿਰ ਆ ਜਾ ਨੀ ਪੜੋਸ ਨੇ ਕਾਫੀ ਗੀਤ, ਜਿੱਦਾਂ ਨਦੀ ਕਿਨਾਰੇ ਬੋਲੋ ਬੈਠੀ, ਕੰਮੋ ਨੀ ਤੇਰੇ ਨਖਰੇ ਨੇ, ਧੂੜ ਵੀ ਚੰਗੀ ਲੱਗਦੀ ਸੀ ਮੇਰੇ ਪਿੰਡ ਦੀਆਂ ਵਾਲੀਆਂ ਦੀ, ਦੋ ਮੈਂ ਚਲਾ ਕੇ ਗੋਰੀ ਗੋਰੀ ਵੀਣੀ ਨੂੰ, ਬਸ ਅਸੀਂ ਪਿਆਰ ਕਰਦੇ ਗਏ, ਅਸੀਂ ਤੁਰਦੇ ਗਏ। ਵਾਹ ਜੀ ਵਾਹ, ਵਾਹ ਜੀ ਵਾਹ। ਸੋ ਭਾਜੀ ਦੀ ਗੱਲ ਕਰੀਏ ਕਿ ਗਾਇਕੀ ਕੀ ਤੁਹਾਡੇ ਪਰਿਵਾਰ ਦੇ ਵਿੱਚ ਸ਼ੁਰੂ ਹੋਈ ਸੀ, ਜਾਂ ਤੁਸੀਂ ਪਹਿਲੇ ਸ਼ਖਸੀਅਤ ਹੈਗੇ ਆ ਘਰ ਦੇ ਵਿੱਚ ਜਿਹੜਿਆਂ ਨੇ ਗਾਇਕੀ ਨੂੰ ਆਪਣਾ ਖੇਤਰ ਬਣਾਇਆ? ਮੇਰੇ ਨਾ ਫਾਦਰ ਸਾਹਿਬ ਰਮਨ ਭਾਜੀ ਸ਼ੌਂਕ ਰੱਖਦੇ ਸੀਗੇ ਗਾਇਕੀ ਦਾ। ਹਾਂਜੀ ਹਾਂਜੀ, ਤੁੰਬੀ ਬਾਜਾ ਤਬਲਾ, ਮਤਲਬ ਮੇਰੇ ਘਰ ਚ ਪਹਿਲਾਂ ਹੀ ਸੀਗੇ ਇੰਸਟਰੂਮੈਂਟ, ਮਿਊਜ਼ਿਕ ਇੰਸਟਰੂਮੈਂਟ ਪਹਿਲਾਂ ਹੀ ਸੀਗੇ, ਥੋੜਾ ਬਹੁਤ ਸ਼ੌਂਕ ਰੱਖਦੇ ਸੀ, ਬਾਕੀ ਉਹ ਜਿਹੜੀ ਉਹਨਾਂ ਦੀ ਕੀਤੀ ਇਬਾਦਤ ਤੋਂ ਅੱਗੇ ਆ ਕੇ ਮੇਰੇ ਚ ਆ ਕੇ ਪੂਰੀ ਹੋ ਗਈ ਤੇ ਮੈਂ ਗਾਉਣ ਗਿਆ ਜੀ। ਗਾਉਂਦੇ ਉਹ ਵੀ ਸੀਗੇ ਜਿੱਦਾਂ ਪਿੰਡਾਂ ਚ, ਜਿਵੇਂ ਆਪਣੇ ਗੁਰਦੁਆਰਾ ਸਾਹਿਬ ਚ ਦਸਵੀਂ ਹੁੰਦੀ ਹੈ ਨਾ, ਉਦੋਂ ਡੈਡੀ ਥੋੜਾ ਬਹੁਤਾ ਗਾਉਂਦੇ ਹੁੰਦੇ ਸੀ। ਉਦਾਂ ਤਾਂ ਵੈਸੇ ਉਹ ਆਪਣਾ ਏਅਰਫੋਰਸ ਜੋਬ ਕਰਦੇ ਸੀ, ਡਿਫੈਂਸ ਦੇ ਵਿੱਚ ਜੋਬ ਕਰਦੇ ਸੀਗੇ, ਫਲਾਈਟ ਅਟੈਂਡੈਂਟ ਸੀਗੇ ਉਹ। ਅੱਛਾ, ਹਾਂਜੀ ਹਾਂਜੀ, ਮੈਂ ਬਸ ਸਦੀਕ ਸਾਹਿਬ ਤੋਂ, ਮੁਹੰਮਦ ਸਦੀਕ ਸਾਹਿਬ ਤੋਂ ਥੋੜਾ ਬਹੁਤਾ ਜਿਹੜੇ ਗੁਰ ਗਿਆਨ ਲਿਆ ਜਿੰਨਾ ਕਰੀ। ਵਾਹ ਜੀ ਵਾਹ, ਤੇ ਹਰਪਾਲ ਸਨੇਹੀ ਜੀ ਨੇ ਮੈਂਡੋਲੀਨਿਸਟ ਉੱਥੋਂ ਚੰਡੀਗੜ੍ਹ ਤੋਂ, ਹਾਂਜੀ ਹਾਂਜੀ, ਸੰਗਤ ਕੀਤੀ। ਏਦਾਂ ਹੀ ਭਾਜੀ ਚੰਗਿਆਂ ਨੂੰ ਸੁਣਿਆ, ਸਭ ਤੋਂ ਪਹਿਲਾਂ ਤਾਂ ਮੈਂ ਚੰਗਾ ਸੁਣਿਆ ਜੀ, ਰੂਲ ਸਿਕੰਦਰ ਸਾਹਿਬ, ਹੰਸ ਰਾਜਾ ਹੰਸ ਜੀ ਨੂੰ, ਗੁਰਦਾਸ ਮਾਨ ਸਾਹਿਬ ਨੂੰ, ਮੈਂ ਚੰਗੇ ਚੰਗੇ ਫਨਕਾਰਾਂ ਨੂੰ ਬੜਾ ਸ਼ਿੱਦਤ ਨਾਲ ਸੁਣਿਆ। ਵਾਹ ਜੀ ਵਾਹ, ਵਾਹ ਜੀ ਵਾਹ, ਜਿਹਨਾਂ ਦੇ ਤੁਸੀਂ ਨਾਂ ਲੈ ਰਹੇ ਆ, ਜਿੱਦਾਂ ਤੁਸੀਂ ਜ਼ਿਕਰ ਕੀਤਾ ਰਾਜ ਗਾਇਕ ਹੰਸ ਰਾਜ ਹੰਸ, ਬੜੇ ਜਿੱਦਾਂ ਨਾ ਗਾਇਕੀ ਦਾ ਖਜ਼ਾਨਾ ਜਿਹਨੂੰ ਕਹਿ ਸਕਦੇ ਆ। ਮੈਂ ਬਿਲਕੁਲ ਰਮਨ ਭਾਜੀ, ਐਕਚੁਅਲੀ ਨਾ ਸੰਗੀਤ ਦੀ ਰੀਅਲ ਡੈਫੀਨੇਸ਼ਨ ਕਹਿ ਸਕਦੇ ਆ ਇਹਨਾਂ ਫਨਕਾਰਾਂ ਨੂੰ, ਮਿਊਜ਼ਿਕ ਸੰਗੀਤ ਕੀ ਹੈ, ਸੰਗੀਤ ਉਹ ਹੈ ਜਿਹੜਾ ਤੁਹਾਨੂੰ ਇਬਾਦਤ ਨਾਲ ਜੋੜ ਦੇਵੇ, ਭਗਤੀ ਨਾਲ ਜੋੜ ਦੇਵੇ, ਜਿਹੜਾ ਤੁਹਾਨੂੰ ਸ਼ਾਂਤ ਕਰ ਦੇਵੇ, ਜਿਹੜਾ ਤੁਹਾਨੂੰ ਅਗਰ ਅਗਰ ਉਹ ਬੀਟ ਸੌਂਗ ਚੱਲੇ ਤਾਂ ਤੁਹਾਨੂੰ ਨੱਚਣ ਲਈ ਮਜਬੂਰ ਕਰ ਦੇਵੇ, ਅਗਰ ਤੁਸੀਂ ਉਦਾਸ ਹੋ ਤਾਂ ਤੁਹਾਡੇ ਅੰਦਰੋਂ ਉਹ ਰੋਣ ਨਿਕਲ ਜਾਵੇ ਜੋ ਅੰਦਰ ਕਿਤੇ ਲੁਕਿਆ ਹੋਇਆ, ਐਸੇ ਸੁਰ ਚੜਨ, ਤੇ ਇਸੇ ਨੂੰ ਇਬਾਦਤ ਕਹਿੰਦੇ ਆ। ਕਹਿੰਦੇ ਨਾ ਤਾਨਸੇਨ ਜਦੋਂ ਅਲਾਪ ਲਾਉਂਦਾ ਹੁੰਦਾ ਸੀ, ਦੀਵੇ ਜਗ ਜਾਂਦੇ, ਹਾਂਜੀ ਹਾਂਜੀ ਹਾਂਜੀ, ਮਤਲਬ ਦੇਖ ਲਓ ਬਿਨਾਂ ਤੇਲ ਤੋਂ, ਮਤਲਬ ਉਹ ਗੱਲ ਹੈ ਜਿਹੜਾ ਸੰਗੀਤ ਇਬਾਦਤ ਹੈ ਭਾਜੀ। ਐਕਚੁਅਲੀ
ਰੀਅਲ ਸੰਗੀਤ ਲਤਾ ਜੀ ਹੋ ਗਏ, ਤੁਸੀਂ ਦੇਖੋ ਜਿੱਦਾਂ ਨਾ ਪੁਰਾਣੇ ਆਰਟਿਸਟ ਜਿੰਨੇ ਵੀ ਸੀਗੇ ਕੰਪੋਜੀਸ਼ਨ ਉਹਨਾਂ ਦੀਆਂ, ਉਹਨਾਂ ਦੇ ਗਾਇਕੀ ਉਹ ਰੁਤਬਾ ਹੰਸਰਾਜ ਹੰਸ ਜੀ ਹੋ ਗਏ, ਗੁਰਦਾਸ ਮਾਨ ਸਾਹਿਬ ਹੋ ਗਏ ਨਾ, ਸਰਦੂਲ ਸਿਕੰਦਰ ਸਾਹਿਬ ਹੋ ਗਏ, ਹੋਰ ਜਿੰਨੇ ਮਤਲਬ ਕਾਫੀ ਅੱਛੇ ਅੱਛੇ ਸਾਰੇ ਸਿੰਗਰ, ਮੈਂ ਸਾਰਿਆਂ ਦੀ ਗੱਲ ਕਰਦਾ, ਸਾਰੇ ਜਿਹੜੇ ਸੁਰ ਚ ਗਾ ਰਹੇ ਆ ਨਾ, ਸਮਝ ਕੇ ਗਾ ਰਹੇ ਆ ਔਰ ਸਲੀਕੇ ਨਾਲ ਗਾ ਰਹੇ ਆ, ਤਹਿਜ਼ੀਬ ਨਾਲ ਗਾ ਰਹੇ ਆ, ਹਾਂਜੀ ਹਾਂਜੀ ਹਾਂਜੀ, ਖੁਸ਼ੀ ਨਾ ਹੁੰਦੀ ਕਿਉਂਕਿ ਮਿਊਜ਼ਿਕ ਹੈ ਹੀ ਐਸੀ ਚੀਜ਼ ਜਿਹੜਾ ਮਿਊਜ਼ਿਕ ਨੂੰ ਲਾਈਕ ਨਹੀਂ ਕਰਦਾ ਨਾ ਰਮਨ ਭਾਜੀ, ਇਹਦਾ ਮਤਲਬ ਉਹਦੇ ਅੰਦਰ ਦਿਲ ਨਾਮ ਦੀ ਕੋਈ ਚੀਜ਼ ਹੈ ਨਹੀਂ। ਵਾਹ ਜੀ ਵਾਹ। ਸੋ ਭਾਜੀ ਜਿੱਦਾਂ ਹੁਣ ਹਰਭਜਨ ਜੀ ਗੱਲ ਕਰੀਏ ਤੁਹਾਡੀ ਐਲਬਮ ਤੇਰੀ ਯਾਰ ਚੰਦਰੀਏ, ਤੁਹਾਡੀ ਪਹਿਲੀ ਡੈਬਿਊਟ ਐਲਬਮ 94 ਦੀ ਜੋ ਕਾਫੀ ਉਸ ਦੌਰ ਦੇ ਵਿੱਚ ਸੁਪਰਹਿੱਟ ਹੋਈ ਸੀਗੀ, ਉਹ ਐਲਬਮ ਦਾ ਸਬੱਬ ਕਿੱਦਾਂ ਬਣਿਆ, ਤੁਹਾਨੂੰ ਕਿੱਦਾਂ ਰਿਕਾਰਡ ਕੰਪਨੀ ਨੇ ਤੁਹਾਨੂੰ ਕੰਟੈਕਟ ਕੀਤਾ, ਕਿਸ ਤਰ੍ਹਾਂ ਉਹ ਤੁਹਾਡੀ ਬ੍ਰੇਕ ਕਿਸ ਤਰ੍ਹਾਂ ਹੋਈ? ਜਿਹੜੀ ਸਭ ਤੋਂ ਫਸਟ ਐਲਬਮ ਦੀ ਗੱਲ ਕਰਦੇ ਹਾਂ, ਹਾਂਜੀ ਹਾਂਜੀ, ਅਮਨ ਭਾਜੀ ਬਹੁਤ ਸਟਰਗਲ ਕੀਤਾ ਮੈਂ, ਮੇਲਿਆਂ ਚ ਗਾਉਂਦਾ ਹੁੰਦਾ ਸੀਗਾ, ਮਤਲਬ ਜਿੱਥੇ ਕਿਤੇ ਮੌਕਾ ਮਿਲਣਾ ਉੱਥੇ ਜਾ ਕੇ ਗਾਉਣਾ, ਨਵਾਂ ਗੀਤ ਫੀਚਰ ਪਿੱਛੋਂ ਦਿਲ ਮਰ ਜਾਣੇ, ਤੇਰੀ ਯਾਦ ਚੰਦਰੀ ਆਈ ਨੀ। ਉਹ ਭਾਜੀ ਆਵਾਜ਼ ਪਹਿਲੇ ਦਿਨ ਹੀ ਗੋਡ ਗਿਫਟਡ ਆ ਮੈਨੂੰ, ਮਤਲਬ ਰੱਬ ਦੀ ਆ ਮੇਰੀ, ਮੇਰੇ ਚ ਮੇਰਾ ਕੁਛ ਵੀ ਨਹੀਂ, ਉਹ ਇੱਕ ਤਾਂ ਕਹਾਵਤ ਹੁੰਦੀ ਨਾ ਕਿ ਮੇਰਾ ਮੁਜਵੇਂ ਕੁਛ ਨੀ ਜੋ ਕਿ 600 ਤੇ। ਬਿਲਕੁਲ ਜੀ ਬਿਲਕੁਲ ਸੱਚੀ ਗੱਲ ਚ ਦੱਸਦਾ ਜੀ, ਮੈਂ ਬਿਨਾਂ ਰਿਆਜ਼ ਤੋਂ ਵੀ ਮਤਲਬ ਮੇਰੀ ਆਵਾਜ਼ ਕੁਦਰਤੀ ਗੋਡ ਗਿਫਟਡ ਸੀ ਰੱਬ ਵੱਲੋਂ ਹੀ, ਤੇ ਮੈਂ ਤਾਂ ਥੋੜਾ ਬਹੁਤਾ ਹੀ, ਮੈਂ ਤੁਹਾਨੂੰ ਬਿਲਕੁਲ ਸੱਚ ਦੱਸਦਾ, ਕੋਈ ਮੈਂ ਬਹੁਤ ਜ਼ਿਆਦਾ ਰਾਗਦਾਰੀ ਆ, ਮੈਂ ਬਹੁਤ ਜ਼ਿਆਦਾ ਸਰਗਮਾ ਨਹੀਂ, ਗਾਇਆ ਦਿਲੋਂ ਗਾਇਆ ਰਮਨ ਭਾਜੀ, ਤੇ ਇਹਦਾ ਸਬੱਬ ਏਦਾਂ ਕਿ ਚੰਡੀਗੜ੍ਹ ਮੋਹਾਲੀ ਖਰੜ ਰੋਪੜ ਕਿਤੇ ਵੀ ਮੇਲੇ ਹੋਣੇ ਮੈਂ ਗਾਉਣਾ, ਚੰਡੀਗੜ੍ਹ ਚ ਟਿਕੋ ਟਿਟ ਚ ਹੋਣਾ, ਤੇ ਉਹ ਜਦੋਂ ਮੈਂ ਗਾਉਣਾ ਤੇ ਜਿਹੜਾ ਜਿਹੜੇ ਜਰਨਲਿਸਟ ਨੇ ਉਹਨਾਂ ਨੇ ਨਾ ਨਿਊਜ਼ ਪੇਪਰ ਚ ਬਹੁਤ ਜ਼ਿਆਦਾ ਲਿਖਣਾ, ਉਹ ਲਿਖਣਾ ਕਿ ਇਹ ਆਵਾਜ਼ ਗਰੰਟਡ ਇੱਕ ਦਿਨ ਆਪਣੇ ਆਪਣੇ ਹਸਤਾਕਸ਼ਰ ਦੇ ਕੇ ਜਾਏਗੀ, ਇਹ ਆਵਾਜ਼ ਇੱਕ ਦਿਨ ਜ਼ਰੂਰ ਲੋਕਾਂ ਦੇ ਦਿਲਾਂ ਤੇ ਰਾਜ ਕਰੇਗੀ। ਉਹ ਫਿਰ ਜਿਹੜਾ ਉਹਨਾਂ ਦਾ ਬੋਲਿਆ ਭਾਜੀ, ਉਹਨਾਂ ਦਾ ਉਹਨਾਂ ਦੀ ਕਰਮ ਨਵਾਜ਼ੀ, ਉਹਨਾਂ ਦੀ ਕਲਮ ਦੀ ਕਰਮ ਨਵਾਜ਼ੀ, ਹਾਂਜੀ ਹਾਂਜੀ ਭਾਜੀ, ਹੌਲੀ ਹੌਲੀ ਅੱਗੇ ਵੱਧਦੇ ਗਏ, ਫਿਰ ਲੁਧਿਆਣੇ ਮੈਂ ਸਭ ਤੋਂ ਪਹਿਲੀ ਕੰਪਨੀ CMC ਕੰਪਨੀ ਦੇ ਵਿੱਚ ਕੰਟੈਕਟ ਕੀਤਾ, ਉਹ ਵੀ ਸਾਡੇ ਜਰਨਲਿਸਟ ਸੀ, ਉਹ ਮੈਨੂੰ ਬਹੁਤ ਪਿਆਰ ਕਰਨ ਲੱਗ ਗਏ, ਉਹ ਕਹਿੰਦੇ ਮੈਂ ਤੈਨੂੰ ਆਪਣੇ ਦੋਸਤ ਕੋਲੇ ਭੇਜਦਾ, ਤੁਸੀਂ ਉਹਨਾਂ ਨੂੰ ਸੁਣਾ ਕੇ ਆਓ। ਫਿਰ ਮੈਂ ਉੱਥੇ ਭਾਜੀ ਲੁਧਿਆਣੇ ਰਿਹਾ 3 ਸਾਲ, ਉੱਦਾਂ ਮੇਰਾ ਪਿੰਡ ਮੁੱਲਾਪੁਰ ਹੈ, ਮੁੱਲਾਪੁਰ ਦਾਖਾ ਲੁਧਿਆਣੇ ਦੇ ਨਾਲ, ਫਿਰ ਮੈਂ ਭਾਜੀ 3 ਰਾਤ ਲੁਧਿਆਣੇ 3 ਸਾਲ ਉਹਨਾਂ ਦੇ ਘਰੇ ਰਿਹਾ, ਤੇ ਮਤਲਬ ਜਿਵੇਂ ਭਾਜੀ ਕੋਈ ਵੀ ਕਲਾਕਾਰ ਏਦਾਂ ਨਹੀਂ ਬਣਦਾ ਬਿਨਾਂ ਸਟਰਗਲ ਤੋਂ, ਜੇ ਕੋਈ ਬਣ ਜਾਂਦਾ ਹੈ ਤੇ ਅਗਰ ਬਣ ਗਿਆ ਤੇ ਇਹਦਾ ਮਤਲਬ ਉਹਨੇ ਕੋਈ ਮੋਤੀ ਪੁੰਨ ਕੀਤੇ ਭਾਜੀ, ਬਹੁਤ ਕੋਈ ਭਗਤੀਆਂ ਕੀਤੀਆਂ ਪੁਰਾਣੀਆਂ, ਸਰ ਪੰਟਾਰ ਸਪੋਰਟਸ ਪਰਸਨ ਚਿੱਤਰਕਾਰ ਜਿਹਨਾਂ ਦਾ ਦੁਨੀਆਂ ਤੇ ਨਾਮ ਹੁੰਦਾ ਹੈ, ਉਹਨਾਂ ਦੀ ਕੋਈ ਪਿਛਲੀ ਇਬਾਦਤ ਹੁੰਦੀ ਹੈ ਭਾਜੀ, ਬਸ ਬਿਲਕੁਲ ਜੀ ਬਿਲਕੁਲ ਸੱਚੀ ਗੱਲ ਹੈ ਜੀ, ਕਿਉਂਕਿ ਇਸ ਵਕਤ ਸਾਡੇ ਕਾਫੀ ਤਮਾਮ ਦੁਨੀਆਂ ਦੇ ਵਿੱਚ ਸਾਨੂੰ ਸੁਣ ਰਹੇ ਇਸ ਵਕਤ, ਖਾਸ ਕਰਕੇ ਔਨਲਾਈਨ ਸਾਡੇ ਇੰਸਟਾਗ੍ਰਾਮ, ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਭਾਜੀ, ਕਿ ਤੁਸੀਂ ਆਪ ਵੀ ਖੁਦ ਸੋਸ਼ਲ ਮੀਡੀਆ 'ਤੇ ਵੀ ਹੋ, ਅਤੇ ਸਾਡੇ ਕੋਲ ਪ੍ਰਵੀਨ ਪਾਲੀਵਾਲ ਸਾਹਿਬ ਦਿੱਲੀ ਤੋਂ ਜੁੜੇ ਨੇ ਇੰਸਟਾਗ੍ਰਾਮ 'ਤੇ, ਅਤੇ ਨਾਲ ਦੀ ਨਾਲ ਗੁਰਦੀਪ ਡਿਗਵਾ ਸਾਹਿਬ ਮੈਨਚੈਸਟਰ ਤੋਂ ਜੁੜੇ ਸਾਡੇ ਨਾਲ, ਤੇ ਨਾਲ ਰਸ਼ ਫਰੰਟਿਕ ਸਾਡੇ ਨਾਲ ਜੁੜੇ ਨੇ ਸਿੰਘਾਪੁਰ ਤੋਂ, ਸੋ ਕਾਫੀ ਤੁਹਾਡੇ ਚਾਹੁਣ ਵਾਲੇ ਇਸ ਵਕਤ ਜੁੜੇ ਨੇ ਤਮਾਮ ਦੁਨੀਆਂ ਦੇ ਵਿੱਚ, ਕਿਉਂਕਿ ਗੱਲ ਕਰੀਏ ਜਿੱਦਾਂ ਹੁਣ ਤੁਹਾਡੀ ਡੈਬਿਊਟ ਐਲਬਮ ਦੇ ਵਿੱਚ ਮੈਨੂੰ ਚੇਤੇ ਹੈ ਕੁਛ ਗਾਣੇ ਕੁਛ ਗੀਤ ਇੱਦਾਂ ਦੇ, ਮੈਨੂੰ ਯਾਰ ਨਾ ਹੈਲੋ ਹੈਲੋ ਕਰਿਆ ਕਰ ਕੋਈ ਨਵਾਂ ਪਵਾੜਾ ਪਾ ਦੇਗੀ, ਫਿਰ ਇੱਕ ਗੀਤ ਤੁਹਾਡਾ ਆਇਆ ਸੀ ਬੜਾ, ਬੰਦਾ ਸੋਚਣ ਨੂੰ ਮਜਬੂਰ ਹੋ ਜਾਂਦਾ ਭਾਜੀ ਕਿ ਇਹ ਗਾਇਕ ਆ ਜਾਂ ਵੈਦ ਆ, ਕਿਉਂਕਿ ਇੱਕ ਗੀਤ ਆ ਜੀ ਮੁੰਡਾ ਹੋਮਿਓਪੈਥੀ ਦਵਾਈ ਵਰਗਾ ਇਹ ਕਰਦਾ ਨਹੀਂ ਨੁਕਸਾਨ, ਇਹ ਇੱਦਾਂ ਦੇ ਗੀਤ ਦੀ ਸਿਲੈਕਸ਼ਨ ਇੱਦਾਂ ਦੀ ਚੋਣ ਕਿਸ ਤਰ੍ਹਾਂ ਹੋਈ, ਕਿਉਂਕਿ ਇਹ ਜਿਹੜੇ ਗੀਤ ਖਾਸ ਕਰਕੇ ਮੇਰਾ ਖਿਆਲ ਆਤਮਕ ਖੁਰਾਕ ਕਹਿ ਸਕਦੇ ਆ, ਉਦੋਂ ਨਾ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਮੁਹੱਬਤ ਹੁੰਦੀ ਜੀ ਜੀ, ਉਦੋਂ ਨਾ ਰਮਨ ਭਾਜੀ ਉਦੋਂ ਤੁਸੀਂ ਇੱਕ ਚੀਜ਼ ਜਾਣਦੇ ਹੋ ਵੀ ਉਦੋਂ ਨਾ ਯਾਰੀ ਦੋਸਤੀ ਜਾਂ ਵਿਆਹ ਹੁੰਦੇ ਸੀ ਨਾ, 4-4 ਦਿਨ ਵਿਆਹ ਚੱਲਦੇ ਹੁੰਦੇ ਸੀ, ਹਾਂਜੀ ਹਾਂਜੀ ਹਾਂਜੀ, ਅੱਛਾ ਉਹਨਾਂ ਦਿਨਾਂ ਚ ਰਿਸ਼ਤੇਦਾਰ ਪੈਲਸ ਦੇ ਵਿੱਚ ਨਹੀਂ ਸੀ ਆਉਂਦੇ, ਘਰ ਅਫੇਅਰ ਨੂੰ ਜਜ਼ਬਾਤ ਨੂੰ ਰੋਜ਼ ਇੱਕੋ ਚਿੱਠੀ ਲਿਖਣੀ, ਇੱਕ ਦੋ ਲਾਈਨਾਂ ਲਿਖਣੀ, ਆਪਣੇ ਅੰਦਰ ਦੀ ਗੱਲ ਲਿਖਣੀ, ਕਿਉਂਕਿ ਅੰਦਰੋਂ ਭਰੇ ਪਏ ਹੁੰਦੇ ਸੀ। ਹੁਣ ਭਾਜੀ ਥੋੜਾ ਜਿਹਾ ਨਾ ਕਹਿ ਲਈਏ ਕਿ ਕੁਛ ਹਾਲਾਤ ਇੱਦਾਂ ਦੇ ਹੋ ਗਏ ਆ ਕਿ ਮਤਲਬ ਬੜਾ ਮਕੈਨੀਕਲ ਜਿਹਾ ਹੋ ਗਿਆ,
ਮਤਲਬ ਸਾਰੇ ਪਾਸੇ ਨਾ ਬੜਾ ਮਤਲਬ ਟੈਕਨੋਲੋਜੀ ਇੰਨੀ ਫਾਸਟ ਹੋ ਗਈ ਹੈ, ਇਨਸਾਨ ਦੇ ਕੋਲੇ ਵਿਹਲ ਹੀ ਨਹੀਂ ਹੈ ਭਾਜੀ ਕੁਛ ਸੋਚਣ ਦੀ ਸਵੇਰ ਤੋਂ ਸ਼ਾਮ ਤੱਕ। ਤੇ ਮਤਲਬ ਆਲਵੇਜ਼ ਉਹ ਇੰਨਾ ਘਿਰ ਗਿਆ ਭਾਜੀ ਹਾਲਾਤਾਂ ਦੇ ਅੰਦਰ, ਉਹਦੀ ਫੀਲਿੰਗ, ਉਹਦੇ ਜਜ਼ਬਾਤ, ਫਿਰ ਗਾਣਾ ਬੜੇ ਮਤਲਬ ਹੁਣ ਉੱਦਾਂ ਦੇ ਗਾਣੇ ਚੱਲਣਗੇ ਨਾ ਭਾਜੀ। ਅੱਜ ਮੈਂ ਕਿਸੇ ਰਾਈਟਰ ਦਾ ਪੜ੍ਹ ਰਿਹਾ ਸੀਗਾ, ਲੈਨਨ ਇੱਕ ਰਾਈਟਰ ਨੇ ਗੱਲ ਲਿਖੀ ਆ ਕਿ ਅਗਰ ਤੁਸੀਂ ਕਿਸੇ ਕੰਟਰੀ ਦਾ ਕਲਚਰ ਦੇਖਣਾ ਹੈ ਨਾ, ਤੁਸੀਂ ਉੱਥੋਂ ਦੇ ਚਾਰ ਪੰਜ ਗੀਤ ਸੁਣ ਲਓ। ਸੋ ਭਾਜੀ ਜਿੱਦਾਂ ਤੁਸੀਂ ਜੇ ਗੱਲ ਕਰੀਏ ਤੁਹਾਡੇ ਕੁਛ ਹੋਰ ਵੀ ਕਾਫੀ ਐਲਬਮ ਦੀਆਂ, ਕਿਉਂਕਿ ਗੀਤਾਂ ਦੀਆਂ ਤੁਹਾਨੂੰ ਦੇਖੋ ਜੀ ਸਾਨੂੰ ਗੀਤਾਂ ਦੀਆਂ ਬਹੁਤ ਫਰਮਾਇਸ਼ਾਂ ਆ ਰਹੀਆਂ ਆ ਤੁਹਾਡੀਆਂ, ਕਿਉਂਕਿ ਕਈ ਗੀਤ ਤੁਹਾਡੇ ਇਸ ਤਰ੍ਹਾਂ ਜਿਹੜੇ ਕਾਫੀ ਤੁਹਾਡੇ ਫੈਨ ਸਾਡੇ ਚਾਹੁਣ ਵਾਲੇ ਦੋ ਕੁ ਲਾਈਨਾਂ ਵੀ ਸੁਣਨਾ ਚਾਹੁੰਦੇ ਆ ਤੁਹਾਡੇ ਤੋਂ। ਗੀਤ ਤੁਹਾਡਾ ਆਇਆ ਸੀਗਾ ਬੜਾ, ਮੈਨੂੰ ਬੜਾ ਹਾਸਿਆ ਲੱਗਦਾ ਵਾ ਸੀ ਗੀਤ ਉਹ, ਤੇਰੇ ਫਟੇ ਨੋਟ ਦੇ ਵਾਂਗੂ ਕਿਸਮਤ ਕੱਟ ਗਈ, ਤੁਹਾਨੂੰ ਮੈਂ ਗ੍ਰੇਸਫੁਲੀ ਔਰ ਬਸ ਤੁਹਾਡਾ ਮੈਂ ਇੰਨਾ ਕੁ ਫੈਨ ਹੋ ਗਿਆ, ਮੈਂ ਤੁਹਾਡੀ ਪੱਗ ਵੇਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਹਾਡੇ ਤੇ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਮਹਾਰਾਜ ਦੀ ਤੁਹਾਡੇ ਤੇ ਇੰਨੀ ਅਪਾਰ ਕਿਰਪਾ ਕਿ ਤੁਸੀਂ ਸਭ ਤੋਂ ਜ਼ਿਆਦਾ ਕਿ ਦੇਖੋ ਇੱਥੋਂ ਦੇ ਬੋਰਨ ਹੋ ਕੇ ਇੰਨੇ ਪੁਰਾਣੇ ਪੁਰਾਣੇ ਗੀਤਾਂ ਦਾ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ, ਤੁਹਾਡੇ ਜਿਹੜੇ ਮਦਰ ਨੇ, ਰੀਅਲੀ ਮੈਂ ਉਹਨਾਂ ਨੂੰ ਸਜਦਾ ਕਰਦਾ। ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਇਦਾਂ ਮਾਨ ਦੇ ਰਹੇ ਹੋ। ਇਹਨਾਂ ਦੀ ਅਪਬ੍ਰਿੰਗਿੰਗ ਇੰਨੀ ਸੋਹਣੀ ਦਿੱਤੀ ਤੁਹਾਨੂੰ ਭਾਜੀ, ਇੰਨੀ ਸੋਹਣਾ ਗਾਈਡ ਕੀਤਾ। ਬਹੁਤ ਬਹੁਤ ਧੰਨਵਾਦ ਆ ਭਾਜੀ, ਬੜੀ ਖੁਸ਼ੀ ਹੈ ਕਿ ਤੁਸੀਂ ਇੰਨਾ ਪਿਆਰ ਮਾਨ ਦੇ ਰਹੇ ਹੋ। ਤੁਸੀਂ ਬੜੇ ਦੇਖੋ ਜੀ ਦਿੱਗਜ ਕਲਾਕਾਰ ਆ ਇੰਡਸਟਰੀ ਦੇ, ਤੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਇਹ, ਤੇ ਤੁਹਾਡੀ ਵਾਸਤੇ ਸਾਰੇ ਸੁਣਨ ਵਾਲਿਆਂ ਦੀ ਚਰਨਾਂ ਦੀ ਧੂੜ ਹੈ ਜੀ। ਕੋਈ ਕਲਾਕਾਰ ਵੱਡਾ ਨਹੀਂ ਹੁੰਦਾ, ਵੱਡੇ ਹੁੰਦੇ ਨੇ ਸਰੋਤੇ ਜਿਹੜੇ ਉਹਨੂੰ ਆਪਣੀ ਦਿਲ ਚ ਵਸਾਉਂਦੇ ਨੇ, ਜਿਹੜੇ ਉਹਨੂੰ ਇੰਨੀ ਉਚਾਈ ਤੱਕ ਲੈ ਕੇ ਜਾਂਦੇ ਨੇ। ਕਲਾਕਾਰ ਆਪਾਂ ਘਰੇ ਬੈਠਾ ਬਣ ਹੀ ਨਹੀਂ ਸਕਦਾ ਜਦ ਤੱਕ ਤੁਸੀਂ ਪਿਆਰ ਨਾ ਕਰੋ। ਅੱਜ ਮੈਂ ਇੰਗਲੈਂਡ ਆਇਆ ਤੇ ਇਹਨਾਂ ਦੀ ਬਦੌਲਤ ਹੀ ਆਇਆ, ਪਿਆਰ ਕਰਨ ਵਾਲਿਆਂ ਦੀ ਬਦੌਲਤ ਆਇਆ ਜੀ। ਗੋਲਡਨ ਵਿਰਸਾ ਦਾ ਮੈਂ ਬਕਾਇਦਾ ਧੰਨਵਾਦ ਕਰਦਾ ਜੀ, ਜਿਹਨਾਂ ਨੇ ਮੈਨੂੰ ਜਿਹੜੇ ਮੈਨੂੰ ਲੈ ਕੇ ਆਏ ਨੇ। ਸਮਰਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵੈਸੇ ਮੈਂ ਇੱਕ ਵਾਰ ਫਿਰ ਆਪਣੇ ਜਿਹੜੇ ਤਮਾਮ ਦੁਨੀਆਂ ਦੇ ਵਿੱਚ ਲਿਸਨਰ ਸਰ ਜੁੜੇ ਨੇ ਆਕਾਸ਼ ਰੇਡੀਓ ਲੀਡਸ ਤੇ, ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਵਕਤ ਮੇਰੀ ਗੱਲਬਾਤ ਹੋ ਰਹੀ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਲ ਗਾਇਕ ਹਰਭਜਨ ਸ਼ੇਰਾ ਹੋਣਾਂ ਨਾਲ। ਸੋ ਭਾਅ ਜੀ ਜਿੱਦਾਂ ਹੁਣ ਗੱਲ ਕਰੀਏ, ਜਿੱਦਾਂ ਤੁਹਾਡੇ ਗੀਤ ਜੋ ਮੇਰੇ ਖਿਆਲ ਬਹੁਤ ਬਹੁਤ ਹਿੱਟ ਹੋਏ ਆ, ਜਿੱਦਾਂ ਹੁਣ ਜੇ ਗੱਲ ਕਰੀਏ ਆ ਜਾਵੇ ਮਾਹੀਆ, ਕਹਿੰਦੇ ਨੇ ਨੈਣਾ, ਤੇਰੇ ਕੋਲ ਰਹਿਣਾ, ਇਹ ਕਾਫੀ ਤੁਹਾਡੇ ਗੀਤਾਂ ਦੇ ਵਿੱਚ ਪਾਕਿਸਤਾਨੀ ਸੰਗੀਤ ਦਾ ਬੜਾ ਰੰਗ ਹੈ, ਉਹ ਗੀਤਾਂ ਦੇ ਬਾਰੇ ਸਾਨੂੰ ਜ਼ਰੂਰ ਦੱਸੋ, ਬਦਲਾਵ ਕਿਸ ਤਰ੍ਹਾਂ ਆਇਆ, ਕਿਉਂਕਿ ਕਾਫੀ ਚੇਂਜ ਆਇਆ ਤੁਹਾਡੇ ਗੀਤਾਂ ਦੇ ਵਿੱਚ। ਭਾਜੀ ਪਾਕਿਸਤਾਨ ਐਕਚੁਅਲੀ ਜਿਹੜੀ ਅਸਲੀ ਕਲਾ ਹੈ ਨਾ, ਕਲਾ ਦਾ ਮੰਦਰ, ਕਲਾ ਦਾ ਸਮੁੰਦਰ, ਭਾਜੀ ਪਾਕਿਸਤਾਨ ਹੈ। ਹਾਂਜੀ ਹਾਂਜੀ, ਐਕਚੁਅਲੀ ਮਿਊਜ਼ਿਕ ਤੁਸੀਂ ਦੇਖ ਲਓ, ਪਾਕਿਸਤਾਨ ਵਾਲੇ ਤਾਂ ਰੋਂਦੇ ਵੀ ਸੁਰ ਚ ਨੇ ਭਾਜੀ। ਬਿਲਕੁਲ ਜੀ ਬਿਲਕੁਲ, ਸੱਚੀ ਗੱਲ ਹੈ। ਉਹਨਾਂ ਦੇ ਮਤਲਬ ਉਹਨਾਂ ਨੂੰ ਫਰ ਹੈ ਭਾਜੀ, ਉੱਥੇ ਦੇ ਕਾਮੇਡੀ ਦੇਖ ਲਓ, ਉੱਥੇ ਦੇ ਐਕਟਰ ਦੇਖ ਲਓ, ਉੱਥੇ ਦਾ ਪੁਰਾਣਾ ਆਪਾਂ ਜਾਣਦੇ ਹਾਂ ਭਾਜੀ ਲਾਹੌਰ ਦਾ। ਲਾਹੌਰ ਦੀ ਇੰਨੀ ਮਿਹਰਬਾਨੀ ਹੈ ਸਾਰੀ ਦੁਨੀਆ ਤੇ, ਪੰਜਾਬ ਆਪਾਂ ਵੀ ਸਾਰੇ ਲਾਹੌਰ ਇੱਕ ਹੀ ਸੀ, ਪਾਕਿਸਤਾਨ ਸਾਡੇ ਵਿੱਚੋਂ ਹੀ ਸੀ। ਬਿਲਕੁਲ ਜੀ ਬਿਲਕੁਲ, ਮਤਲਬ ਉਹ ਹੁਣ ਉਹ ਗਾਉਂਦੇ ਹੀ ਇੰਨਾ ਸੁਰੀਲਾ ਨੇ, ਹਨਾ, ਜਿਵੇਂ ਮੀਰ ਆਲਮ ਹੁੰਦੇ ਨੇ, ਮਰਾਸੀਆਂ ਨੂੰ ਇਹ ਵਰ ਹੈ, ਕੁਛ ਗਾਇਆ ਹੀ ਏਦਾਂ ਦਾ ਹੋਇਆ ਭਾਜੀ, ਫਿਰ ਉਹ ਸੁਣਦੇ ਹਾਂ ਆਪਾਂ, ਉਹ ਰੰਗ ਆਟੋਮੈਟਿਕਲੀ ਆ ਜਾਂਦਾ। ਜਿਵੇਂ ਹੁਣ ਸਤਿੰਦਰ ਸਰਤਾਜ ਹੈ, ਉਹ ਗੱਲ ਜਿਹੜੇ ਮਰ ਜਿਹੜਾ ਵੀ ਉਹਦਾ ਗੀਤ ਚੱਕ ਲਓ, ਉਹਦੇ ਚ ਪਾਕਿਸਤਾਨ ਦੀ, ਲਾਹੌਰ ਦੀ ਗੱਲ ਹੋਈ। ਵਾਹ ਜੀ ਵਾਹ, ਜਿਹੜੇ ਵੱਡੇ ਵੱਡੇ ਸ਼ਾਇਰ ਹੋਏ ਆ ਭਾਜੀ ਪਾਕਿਸਤਾਨ ਦੇ ਹੋਏ ਆ, ਸੋ ਇਸ ਕਰਕੇ ਭਾਜੀ ਕਲਾ ਨਾ ਉਹਨਾਂ ਨੂੰ ਮਾਲਕ ਨੇ ਤਮਾਮ ਦੁਨੀਆਂ ਦੇ ਵਿੱਚ, ਕਿਉਂਕਿ ਸਾਡੇ ਕੋਲ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਸਾਡੇ ਨਾਲ ਜੁੜੇ ਨੇ ਰਾਜ ਫਰਾਂਟਿਕ ਸਾਹਿਬ ਹੋ ਗਏ, ਪ੍ਰਵੀਨ ਪਾਲੀਵਾਲ ਸਾਹਿਬ ਉਹਨਾਂ ਨੇ ਇਹ ਗੀਤ ਦੀ ਫਰਮਾਇਸ਼ ਕੀਤੀ, ਦੋ ਕੁ ਲਾਈਨਾਂ ਸਾਨੂੰ ਜਰੂਰ ਸੁਣਾਓ ਜੀ। ਮੈਂ ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ, ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ, ਮੇਰੇ ਦਿਲ
ਕਹਿੰਦੇ ਨੇ ਨੇੜਾ। ਵਾਹ ਜੀ ਵਾਹ, ਬਹੁਤ ਖੂਬ। ਰਮਨ ਭਾਜੀ, ਮੈਂ ਨਾ ਐਕਚੁਅਲੀ ਪਹਿਲੀ ਪਹਿਲੀ ਵਾਰ ਇੰਗਲੈਂਡ ਆਇਆ ਤੇ ਪਹਿਲੀ ਪਹਿਲੀ ਠੰਡ ਲੱਗੀ ਆ ਮੈਨੂੰ। ਅੱਛਾ ਜੀ, ਮੈਂ ਮਾਫੀ ਚਾਹੁੰਦਾ ਸੁਣਨ ਵਾਲਿਆ। ਕੋਈ ਨੀ, ਦੇਖੋ ਜੀ, ਤੁਹਾਡਾ ਬੇਸ਼ੱਕ ਭਾਵੇਂ ਤੁਹਾਡਾ ਨੱਕ ਬੰਦ ਹੋਇਆ, ਗਲਾ ਬੰਦ ਹੋਇਆ, ਫਿਰ ਵੀ ਤੁਸੀਂ ਸੁਰ ਚ ਗਾ ਰਹੇ ਹੋ, ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ। ਸੋ ਵਾਹ ਜੀ ਵਾਹ। ਸੋ ਭਾਜੀ, ਜੇ ਦੇਖਿਆ ਜਾਵੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫੀ ਬਦਲਾਵ ਆਇਆ, ਖਾਸ ਕਰਕੇ ਮਿਊਜ਼ਿਕ ਪ੍ਰੋਡਿਊਸਰ ਸਿੰਗਰ ਬਣ ਗਏ, ਸਿੰਗਰ ਫਿਲਮ ਐਕਟਰ ਬਣ ਗਏ, ਕਦੀ ਤੁਹਾਡੇ ਮਨ 'ਚ ਨਹੀਂ ਖਿਆਲ ਆਇਆ ਕਦੀ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਾਂ? ਭਾਜੀ ਆਇਆ, ਮੈਂ ਫਿਲਮਾਂ ਦੇ ਵਿੱਚ ਕੰਮ ਜਿਹੜਾ ਹੈ ਨਾ, ਮਤਲਬ ਉਹ ਇੱਕ ਲੈਵਲ ਦਾ ਹੋਣਾ ਚਾਹੀਦਾ, ਜਿੱਦਾਂ ਮਤਲਬ ਹੁਣ ਗਾਣਿਆਂ ਦੇ ਵਿੱਚ ਮੈਂ ਬੜਾ ਅੱਛਾ ਲੈਵਲ ਕੀਤਾ। ਹਾਂਜੀ, ਮਤਲਬ ਮੈਂ ਨਹੀਂ, ਮੈਂ ਚਲੋ ਮੈਂ ਕੁਛ ਨਹੀਂ ਕੀਤਾ, ਬਟ ਮੈਂ ਜਿੰਨਾ ਵੀ ਗਾਇਆ, ਜਿੰਨੇ ਮੇਰੇ ਵੀਡੀਓਜ਼ ਆਏ, ਉਹ ਬੜੇ ਅੱਛੇ ਲੈਵਲ ਦੇ ਆਏ। ਵਾਹ ਜੀ ਵਾਹ। ਤੇ ਫਿਲਮਾਂ ਦੇ ਵਿੱਚ ਜਦੋਂ ਵੀ ਕਿਤੇ ਮੇਰਾ, ਦੇਖੋ ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ, ਜਦ ਤੱਕ ਉਹ ਮਾਲਕ ਨੂੰ ਮਨਜ਼ੂਰ ਨਹੀਂ, ਉਦੋਂ ਤੱਕ ਕੁਛ ਨਹੀਂ ਹੋ ਸਕਦਾ। ਹਾਂਜੀ ਹਾਂਜੀ ਹਾਂਜੀ। ਰਮਨ ਭਾਜੀ, ਜਦੋਂ ਵੀ ਮੈਂ ਕੁਛ ਕੰਮ ਕਰਾਂਗਾ, ਮੈਨੂੰ ਉਮੀਦ ਹੈ, ਕੱਲ ਮੇਰੀ ਘੁੱਗੀ ਭਾਜੀ ਨਾਲ ਗੱਲ ਹੋ ਰਹੀ ਸੀ, ਘੁੱਗੀ ਭਾਜੀ ਆਏ ਹੋਏ ਨੇ। ਹਾਂਜੀ ਹਾਂਜੀ, ਯੂਕੇ ਆਏ ਹਾਂਜੀ, ਬਿਲਕੁਲ ਜੀ ਬਿਲਕੁਲ। ਕੱਲ ਮੈਨੂੰ ਉਹਨਾਂ ਨੇ ਅੱਜ ਚੱਲ ਜਾਣਾ ਮੇਰੇ ਕੋਲ, ਅੱਜ ਜਾਂ ਕੱਲ ਜਾ ਰਹੇ ਵਾਪਸ। ਅੱਛਾ ਜੀ। ਤੇ ਘੁੱਗੀ ਭਾਜੀ ਕਹਿੰਦੇ ਸੀ ਵੀ ਸ਼ੇਰੇ ਗੱਲਾਂ ਬਾਤਾਂ ਹੋਈਆਂ, ਮੈਂ ਕਿਹਾ ਹੋਰ ਭਾਜੀ ਠੀਕ ਠਾਕ, ਕਹਿੰਦੇ ਆ ਕੇ ਮੈਂ, ਤੇ ਮੈਨੂੰ, ਮੈਂ ਕਿਹਾ ਚਲੋ ਮਿਲਦਾ ਜੀ ਮੈਂ, ਕਿਉਂਕਿ ਅਸੀਂ ਇਕੱਠੇ, ਉਹ ਵੀ ਮੋਹਾਲੀ ਰਹਿੰਦੇ ਨੇ, ਕੱਲ ਉਹਨਾਂ ਨਾਲ ਗੱਲ ਹੋ ਰਹੀ ਸੀ। ਤੇ ਭਾਜੀ ਜਦੋਂ ਵੀ ਕਰੂੰਗਾ ਨਾ, ਰਮਨ ਭਾਜੀ ਮੈਂ ਇੰਨਾ ਹੀ ਚਾਹੁੰਦਾ ਵੀ ਜਿੰਨਾ ਕੁ ਆਪਾਂ ਤੁਰੇ ਹਾਂ, ਮਤਲਬ ਉਹ ਲੋਕਾਂ ਨੂੰ ਜਿਹੜੇ ਸਾਨੂੰ ਸੁਣਨ ਵਾਲੇ ਨੇ, ਪਿਆਰ ਕਰਨ ਵਾਲੇ, ਉਹ ਹਰਟ ਨਾ ਹੋਣ, ਹਾਂਜੀ ਹਾਂਜੀ, ਕੁਛ ਨਾ ਕਰੀਏ। ਸੋ ਕੋਸ਼ਿਸ਼ ਕਰਾਂਗੇ ਵਧੀਆ ਭਾਜੀ, ਅਗਰ ਕਿਤੇ ਕੁਛ ਮਿਲਦਾ ਹੋਇਆ, ਕੋਈ ਕਿਸੇ ਅੱਛੀ ਫਿਲਮ ਦੇ ਵਿੱਚ ਕੁਛ ਮੌਕਾ ਮਿਲਦਾ ਤਾਂ ਜ਼ਰੂਰ ਕਰੂੰਗਾ ਮੈਂ। ਵਾਹ ਜੀ ਵਾਹ, ਵਾਹ ਜੀ ਵਾਹ। ਗਾਣੇ ਵੀ ਕਰਾਂਗੇ, ਕੁਛ ਗਾਣੇ ਕੀਤੇ ਵੀ ਨੇ। ਹਾਂਜੀ ਹਾਂਜੀ ਹਾਂਜੀ, ਕਰਾਂਗੇ ਜੀ ਜ਼ਰੂਰ। ਵਾਹ ਜੀ ਵਾਹ। ਵੈਸੇ ਭਾਜੀ, ਕੁਛ ਤੁਹਾਡੇ ਤਮਾਮ ਦੁਨੀਆਂ 'ਚ ਜਿਹੜੇ ਚਾਹੁਣ ਵਾਲੇ ਨੇ, ਫੈਨ ਆ ਤੁਹਾਡੇ, ਉਹਨਾਂ ਨੇ ਕੁਛ ਸਵਾਲ ਵੀ ਭੇਜੇ ਸਾਨੂੰ, ਜੋ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਜੀ ਅੱਜ ਕਰਾਂ ਜੀ। ਕਿ ਜਸਵਿੰਦਰ ਸਿੰਘ ਕੈਨੇਡਾ ਤੋਂ ਇਸ ਵਕਤ ਸਾਡੇ ਨਾਲ ਜੁੜੇ ਨੇ, ਸਾਨੂੰ akashradioleads.co.uk ਦੇ ਜ਼ਰੀਏ ਸਾਨੂੰ ਲਾਈਵ ਸੁਣ ਰਹੇ ਕੈਨੇਡਾ 'ਚ ਬਹਿ ਕੇ। ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੇਰਾ ਭਾਜੀ, ਮੈਂ ਤੁਹਾਡੀ ਗੀਤਾਂ ਨੂੰ ਕਾਫੀ ਪਸੰਦ ਕਰਦਾ, ਅਤੇ ਉਸ ਤੋਂ ਵੱਧ ਕੇ ਤੁਹਾਡੀ ਸਾਫ ਸੁਥਰੀ ਜੋ ਗਾਇਕੀ ਅਤੇ ਸਾਫ ਸੁਥਰੀ ਮਿਊਜ਼ਿਕ ਵੀਡੀਓ ਦਾ ਮੈਨੂੰ ਬਹੁਤ ਪਸੰਦ ਆ। ਇਹ ਸਾਫ ਸੁਥਰਾਪਨ ਕਿੱਥੋਂ ਅੰਦਾਜ਼ ਸਾਨੂੰ ਤੁਹਾਨੂੰ ਮਿਲਿਆ? ਭਾਜੀ ਬਹੁਤ ਬਹੁਤ ਸ਼ੁਕਰੀਆ ਭਾਜੀ, ਕੈਨੇਡਾ ਤੋਂ ਨੇ? ਹਾਂਜੀ, ਕੈਨੇਡਾ ਤੋਂ ਜਸਵਿੰਦਰ ਸਿੰਘ। ਵਾਹ 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 ਜਸਵਿੰਦਰ ਭਾਜੀ, ਸਭ ਤੋਂ ਵੱਡੀ ਗੱਲ ਕਿ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਹਾਡੇ ਵਰਗੇ ਪਿਆਰੇ, ਇੰਨਾ ਸੋਹਣਾ ਤੁਸੀਂ ਕੰਪਲੀਮੈਂਟ ਦਿੱਤਾ ਜੀ। ਭਾਜੀ ਇਹ ਇੱਦਾਂ ਹੋਇਆ ਕਿ ਟੀਮ ਕਈ ਵਾਰੀ ਨਾ ਇੰਨੀ ਪਿਆਰੀ ਜੁੜ ਜਾਂਦੀ ਹੈ, ਮੈਂ ਕੈਟਰੈਕ ਨਾਲ ਕੰਮ ਕੀਤਾ ਮੈਕਸੀਮਮ, ਗੌਰਵ ਸਰੇਨ ਜੀ ਨੇ ਜਿਹੜੇ ਮੇਰੇ ਪ੍ਰੋਡਿਊਸਰ ਸੀ ਨਾ, ਉਹ ਵੀ ਬੜੇ ਬਹੁਤ ਹੀ ਕਮਾਲ, ਜਿੰਨਾ ਅਸੀਂ ਕੰਮ ਕੀਤਾ ਉਹਨਾਂ ਨਾਲ ਕੀਤਾ, ਤੇ ਮਤਲਬ ਕੁਦਰਤੀ ਗੱਲ ਭਾਜੀ, ਅੰਦਰੋਂ ਨੇਚਰ ਵੀ, ਰੂਹ ਵੀ ਇੱਦਾਂ ਦੀ ਸੀ, ਤੇ ਅੱਗੇ ਟੀਮ ਵੀ ਉੱਦਾਂ ਦੀ ਮਿਲ ਗਈ, ਤੇ ਸੋਨੇ ਤੇ ਸੁਹਾਗਾ ਹੋ ਗਿਆ। ਵਾਹ ਜੀ ਵਾਹ। ਸੋ ਇਹ ਸੀ ਜਸਵਿੰਦਰ ਸਿੰਘ ਕੈਨੇਡਾ ਤੋਂ, ਇਹਨਾਂ ਨੇ ਸਵਾਲ ਭੇਜਿਆ ਸੀ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਅਤੇ ਅਗਲਾ ਜੀ ਸਵਾਲ, ਹੁਣ ਇਹ ਬੜਾ ਖਾਸ ਸਵਾਲ ਹੈ ਜੀ, ਕਿਉਂਕਿ ਇਹ ਤੁਹਾਡੇ ਸ਼ਹਿਰ ਮੋਹਾਲੀ ਤੋਂ। ਹਾਂਜੀ ਹਾਂਜੀ, ਮੋਹਾਲੀ ਤੋਂ ਗੁਰੂ ਕਵਲ ਸਿੰਘ ਮੋਹਾਲੀ ਤੋਂ ਉਹਨਾਂ ਨੇ ਸਵਾਲ ਭੇਜਿਆ ਇੱਕ, ਉਹਨਾਂ ਨੇ ਭੇਜਿਆ ਜੀ, ਪੰਜਾਬ ਦਾ ਹਰੇਕ ਕਲਾਕਾਰ ਆਪਣੀ ਕਿਸਮਤ ਅਜ਼ਮਾਈ ਹੈ ਸਿਆਸਤ ਦੇ ਵਿੱਚ, ਜਿੱਦਾਂ ਕਿ ਹੰਸ ਰਾਜ ਹੰਸ, ਉਸਤਾਦ ਕੁਲਦੀਪ ਮਾਣਕ ਸਾਹਿਬ ਅਤੇ ਹੋਰ ਜਿਹੜੇ ਅਸੀਂ ਕਹਿ ਸਕਦੇ ਹਾਂ ਦਿੱਗਜ ਕਲਾਕਾਰ, ਹਰਭਜਨ ਸ਼ੇਰਾ ਹੁਣਾਂ ਨੂੰ ਸਿਆਸਤ ਬਾਰੇ ਕੀ ਵਿਚਾਰ? ਹਾਏ 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 ਭਾਜੀ, ਰਮਨ ਭਾਜੀ, ਜਿਹੜੀ ਅੱਜ ਦੀ ਸਿਆਸਤ ਹੈ, ਹਾਂਜੀ, ਸਾਨੂੰ ਉਹਦਾ ਉੜਾ ਉੜਾ ਵੀ ਨਹੀਂ ਆਉਂਦਾ ਭਾਜੀ, ਸਾਡੇ ਤੋਂ ਸਾਡਾ ਕੰਮ ਹੋ ਜਾਏ ਪੂਰਾ, ਦੁਆ ਕਰਦੇ ਹਾਂ ਤੇ ਭਾਜੀ ਇਹ ਕਿੱਥੋਂ ਕਰਾਂਗੇ ਅਸੀਂ, ਹਨਾ। ਤੇ ਸਿਆਸਤ ਜਿਹੜਾ ਉਹ ਬੜੀ ਟੇਢੀ ਖੀਰ ਆ, ਉਹ ਬਹੁਤ ਹੀ ਟਫ ਜੋਬ ਹੈ ਭਾਜੀ, ਇਹਦੇ ਵਿੱਚ ਝੂਠ ਹੀ ਬੋਲਣਾ ਹੁੰਦਾ, ਸੱਚ ਬੋਲਣਾ ਹੀ ਨਹੀਂ ਹੁੰਦਾ, ਇਸ ਕਰਕੇ ਇਹਨੂੰ ਤੌਬਾ ਹੀ ਆ ਭਾਜੀ ਸਾਡੀ। ਵੈਸੇ ਬੜੇ ਤਰੀਕੇ ਨਾਲ ਤੁਸੀਂ ਸਵਾਲ ਦਾ ਜਵਾਬ ਦਿੱਤਾ, ਵਧੀਆ। ਵਾਹ ਜੀ ਵਾਹ, ਵਾਹ ਜੀ ਵਾਹ। ਸੋ ਵੈਸੇ ਭਾਜੀ, ਤੁਹਾਡੀ ਮੈਂ ਕਹਿ ਸਕਦਾ ਪਹਿਲੀ ਇੰਟਰਨੈਸ਼ਨਲ ਐਲਬਮ ਆਈ ਸੀਗੀ ਸਾਲ 2011 ਦੇ ਵਿੱਚ, ਮੈਨੂੰ ਚੇਤੇ ਹੈ ਖਜ਼ਾਨਾ, ਜੋ ਕਾਫੀ ਮਕਬੂਲ ਹੋਈ ਸੀਗੀ ਤੁਹਾਡੀ ਐਲਬਮ ਪੂਰੀ ਦੁਨੀਆਂ ਦੇ ਵਿੱਚ, ਅਤੇ ਉਸ ਐਲਬਮ ਬਾਰੇ ਸਾਨੂੰ ਸਵਾਲ ਆਇਆ ਜੀ, ਪ੍ਰਵੀਨ ਪਾਲੀਵਾਲ ਸਾਹਿਬ ਜੋ ਦਿੱਲੀ ਦੇ ਰਹਿਣ ਵਾਲੇ ਆ ਪਰ ਅਸਲ 'ਚ ਹੈਗੇ ਰਾਜਸਥਾਨ ਦੇ, ਅਤੇ ਉਹਨਾਂ ਨੇ ਇੰਸਟਾਗ੍ਰਾਮ 'ਤੇ ਮੈਨੂੰ ਇਹ ਸਵਾਲ ਭੇਜਿਆ, ਬੜਾ ਕਮਾਲ ਦਾ, ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਨੇ, ਤੁਹਾਡਾ ਇੱਕ ਗੀਤ ਹੈ ਜੀ, ਆ ਜਾ ਆ ਜਾਣੀ ਪੜੋਸਣੇ,
ਕਹਿੰਦੇ ਉੱਧਰ ਗੀਤ ਕਹਿੰਦੇ ਡਾਂਸ ਟਰੈਕ ਕਰਨੇ ਤੋਂ ਬਾਅਦ ਤੁਸੀਂ ਭਗਤੀ ਗੀਤ ਗਾਉਣ ਲੱਗ ਪਏ, ਫਿਰ ਤੁਸੀਂ ਬਹੁਤ ਸਾਲ ਬਾਅਦ ਤੁਸੀਂ ਵਕਫਾ ਲੈ ਕੇ ਤੁਸੀਂ ਖਜ਼ਾਨਾ ਲੈ ਕੇ ਆਏ ਇੱਕ ਯੂਕੇ ਪ੍ਰੋਡਿਊਸਰ ਦੇ ਨਾਲ, ਮੁਖਤਾਰ ਸਹੋਤਾ, ਉਹਨਾਂ ਦੀ ਵੀ ਹਾਜ਼ਰੀ ਲਾ ਦਈਏ, ਉਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿੱਦਾਂ ਸਬੱਬ ਬਣਿਆ ਤੁਹਾਡਾ? ਹਾਂ ਭਾਅ ਜੀ, ਉਹਨਾਂ ਨਾਲ ਕੰਮ ਕੀਤਾ ਅਸੀਂ, ਮਤਲਬ ਹੋ ਗਿਆ ਹੁਣ ਤਾਂ ਕਾਫੀ ਟਾਈਮ ਹੋ ਗਿਆ ਜੀ, ਬਸ ਇੱਦਾਂ ਹੀ ਕੁਛ ਮਨ 'ਚ ਸੀਗਾ ਭਾਅ ਜੀ ਕੁਛ ਚੇਂਜ ਕਰੀਏ, ਹਾਂਜੀ ਕੁਛ ਡਿਫਰੈਂਟ ਕਰੀਏ, ਕਿਉਂਕਿ ਉਦੋਂ ਇੰਗਲੈਂਡ ਬੀਟਸ ਬਹੁਤ ਚੱਲਦੀਆਂ ਸੀਗੀਆਂ, ਬਸ ਇਹ ਸੋਚ ਕੇ ਅਸੀਂ ਵੀ ਭਾਅ ਜੀ ਕੀਤਾ ਕੰਮ, ਹੈ ਨਾ। ਹਾਂਜੀ ਹਾਂਜੀ ਹਾਂਜੀ, ਤੇ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਵੈਸੇ, ਕਿਉਂਕਿ ਇੱਕ ਇੰਟਰਨੈਸ਼ਨਲ ਨਾਮਵਰ, ਕਿਉਂਕਿ ਉਹ ਵੀ ਖਾਸ ਕਰਕੇ ਸਹੋਤਾਸ ਗਰੁੱਪ ਜੋ ਕਾਫੀ ਮਕਬੂਲ ਹੁੰਦਾ ਸੀ ਸੰਨ 90 ਦੇ ਵਿੱਚ, ਤੇ ਉਹਨਾਂ ਦੇ ਖਾਸ ਪ੍ਰੋਡਿਊਸਰ ਸਨ, ਤੇ ਉਹਨਾਂ ਨਾਲ ਕੰਮ ਕਰਨ ਦਾ ਤੁਹਾਡਾ ਕਿੱਦਾਂ ਜਿਹਦਾ ਐਕਸਪੀਰੀਅੰਸ ਰਿਹਾ, ਕਿਸ ਤਰ੍ਹਾਂ ਉਹਨਾਂ ਨਾਲ ਕੋਲੈਬੋਰੇਸ਼ਨ ਕਰਦਾ? ਬਹੁਤ ਵਧੀਆ ਰਿਹਾ, ਦੇਖੋ ਕੁਛ ਖੱਟੇ ਮਿੱਠੇ ਤਜਰਬੇ ਜ਼ਰੂਰ ਹੁੰਦੇ ਆ, ਆਪਾਂ ਕਿਸੇ ਨਾਲ ਵੀ ਤੁਰਦੇ ਹਾਂ ਨਾ, ਹਾਂਜੀ ਹਾਂਜੀ, ਤੇ ਕੁਛ ਨਾ ਕੁਛ ਉਹਦੇ ਵਿੱਚ ਆਪਾਂ ਨੂੰ ਇਹ ਨਹੀਂ ਕਿ ਬਹੁਤ ਜ਼ਿਆਦਾ ਪੋਜ਼ਿਟਿਵ ਹੀ ਰਹੂਗਾ, ਨੈਗੇਟਿਵ ਵੀ ਬੜਾ ਰਿਹਾ, ਹਾਂਜੀ ਪੋਜ਼ਿਟਿਵ ਵੀ ਰਿਹਾ, ਤੇ ਮੈਂ ਉਹਨੂੰ ਰਲਵਾਂ ਮਿਲਵਾਂ ਤਜਰਬਾ ਕਵਾਂਗਾ, ਪਰ ਉਹਦੇ ਵਿੱਚ ਬਸ ਮੈਨੂੰ ਇੱਕ ਚੀਜ਼ ਦੀ ਬਹੁਤ ਜ਼ਿਆਦਾ ਰਹੀ ਹੈ ਕਿ ਭਾਜੀ ਉਸ ਸੈਸ਼ਨ ਦੇ ਵਿੱਚ ਮੇਰੀ ਇੰਟਰਫੇਰੈਂਸ ਹੈ ਨਹੀਂ ਸੀ ਬਿਲਕੁਲ ਵੀ, ਮਤਲਬ ਮੈਂ ਉਹਦੇ ਵਿੱਚ ਜ਼ਿਆਦਾ ਕੁਛ ਇੰਟਰਫੇਰੈਂਸ ਕਰ ਨਹੀਂ ਪਾਇਆ, ਇਹਦੇ ਕਰਕੇ ਮੈਨੂੰ ਅਫਸੋਸ ਹੈ ਕਿ ਮੈਂ ਬਹੁਤ ਮਿਹਨਤ ਨਾ ਕੀਤੀ ਸੀ। ਇੱਕ ਸਭ ਤੋਂ ਵੱਡਾ ਰਮਨ ਭਾਜੀ ਕਿ ਉਹ ਐਲਬਮ 5 ਸਾਲ ਰਿਕਾਰਡ ਹੋ ਕੇ ਇੱਦਾਂ ਹੀ ਰਹੀ, ਤੇ ਉਹਦੇ ਵਿੱਚ ਕੋਈ ਚੇਂਜਸ ਨਹੀਂ ਕੀਤੀਆਂ, ਕਿਉਂਕਿ ਭਾਜੀ ਜਿਹੜੇ ਸੌਂਗਸ ਹੁੰਦੇ ਨਾ, ਜਿਹੜਾ ਮਿਊਜ਼ਿਕ ਹੁੰਦਾ ਨਾ, ਹਾਂਜੀ, ਉਹ ਭਾਜੀ ਹਰ 3 ਮਹੀਨੇ ਬਾਅਦ ਟ੍ਰੈਂਡ ਚੇਂਜ ਹੁੰਦਾ, 4 ਮਹੀਨੇ ਬਾਅਦ ਲਿਰਿਕਸ ਦਾ, ਗਾਣਿਆਂ ਦਾ ਸਟਾਈਲ ਚੇਂਜ ਹੋ ਜਾਂਦਾ। ਹਾਂਜੀ ਹਾਂਜੀ, ਉਹ ਭਾਜੀ 5 ਸਾਲ ਇੱਦਾਂ ਹੀ ਪਈ ਰਹੀ ਬਸ, ਤੇ 5 ਸਾਲ ਬਾਅਦ ਰਿਲੀਜ਼ ਹੋਈ, ਪਤਾ ਨਹੀਂ ਕੀ ਗੱਲ ਹੈ ਭਾਜੀ, ਜਿੰਨੀ ਮੈਨੂੰ ਉਸ ਐਲਬਮ ਤੋਂ ਉਮੀਦ ਸੀ ਰਮਨ ਭਾਜੀ, ਮੈਂ ਝੂਠ ਨਹੀਂ ਬੋਲਦਾ, ਜਿੰਨੀ ਮੈਨੂੰ ਉਮੀਦ ਸੀ ਭਾਜੀ, ਉਸ ਹਿਸਾਬ ਨਾਲ ਉਹ ਐਲਬਮ ਬਹੁਤ ਮੈਨੂੰ ਹਰਟ ਕਰਕੇ ਗਈ ਆ, ਮਤਲਬ ਮੇਰੀ ਲਾਈਫ ਦੇ ਵਿੱਚ ਉਹ ਐਲਬਮ ਨੇ ਮੈਨੂੰ ਜਿੰਨਾ ਹਰਟ ਕੀਤਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਕਾਰਨ ਕੀ ਹੈ, ਕਿਉਂਕਿ ਉਹ ਜਿਹੜਾ ਜਿਹੜੀ ਉਹ ਐਲਬਮ ਸੀ ਖਜ਼ਾਨਾ, ਤੁਹਾਡੇ ਚਾਹੁਣ ਵਾਲੇ ਬਹੁਤ ਉਸ ਐਲਬਮ ਨੂੰ ਪਸੰਦ ਕੀਤੀ, ਖਾਸ ਕਰਕੇ ਜਿਹੜੇ ਫਿਊਜ਼ਨ ਮਿਊਜ਼ਿਕ ਨੂੰ ਬੜਾ ਪਸੰਦ ਕਰਦੇ ਨੇ, ਕਿਉਂਕਿ ਇੱਕ ਵੱਖਰਾ ਤੁਹਾਨੂੰ ਇੱਕ ਢੰਗ 'ਚ ਦੇਖਿਆ, ਤੁਹਾਨੂੰ ਇੱਕ ਵੱਖਰੀ ਲੁੱਕ 'ਚ ਦੇਖਿਆ ਵੀਡੀਓ ਦੇ ਵਿੱਚ, ਵੀਡੀਓ ਵੀ ਬੜੀ ਕਮਾਲ ਦੀਆਂ ਬਣੀਆਂ, ਨੋ ਡਾਊਟ ਦੱਸਿਆ ਨਾ, ਕਈ ਚੀਜ਼ਾਂ ਉਹਨਾਂ ਨਾਲ ਕੰਮ ਕਰਕੇ ਇੰਨੀਆਂ ਪੋਜ਼ਿਟਿਵ, ਮੈਂ ਝੂਠ ਨਹੀਂ ਬੋਲਦਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਹਾਂਜੀ ਹਾਂਜੀ, ਕਈ ਚੀਜ਼ਾਂ ਇੰਨੀਆਂ ਪੋਜ਼ਿਟਿਵ ਸੀ ਭਾਜੀ, ਜਿੱਦਾਂ ਦੁੱਖ ਤੋੜ ਦਿੱਤੇ, ਕਿਆ ਵੀਡੀਓ ਸੀ, ਬਿਲਕੁਲ ਜੀ ਬਿਲਕੁਲ, ਬਾ ਕਮਾਲ। ਅੱਛਾ ਫਿਰ ਅਸੀਂ ਖਜ਼ਾਨਾ ਕਿੰਨਾ ਸੋਹਣਾ ਵੀਡੀਓ ਬਣਿਆ ਸੀ ਇੱਥੇ ਬਣਾਇਆ ਨਾ, ਇੱਕ ਰੋਮਾਂਟਿਕ ਸੀਗਾ, ਪਰ ਪਤਾ ਨੀ ਭਾਜੀ ਰੀਜ਼ਨ ਮੈਨੂੰ ਨੀ ਸਮਝ ਆਈ ਮੈਂ, ਕਿਉਂਕਿ ਦੇਖੋ ਕੋਈ, ਕਿਉਂਕਿ ਉਹਨਾਂ ਦਾ ਵੀ ਜ਼ੋਰ, ਮੁਖਤਾਰ ਸਹੋਤਾ ਜੀ ਦਾ ਵੀ ਜ਼ੋਰ ਪੂਰਾ ਲੱਗਿਆ ਸੀ, ਸਾਡਾ ਵੀ ਲੱਗਿਆ ਸੀ, ਪਤਾ ਨੀ ਭਾਜੀ ਰੱਬ ਨੂੰ ਕੀ ਮਨਜ਼ੂਰ ਸੀ, ਜੋ ਅਸੀਂ ਸੋਚਦੇ ਸੀ ਪਤਾ ਨੀ, ਰਮਨ ਭਾਜੀ ਉਹ ਐਲਬਮ ਮੇਰੀ ਸਮਝ ਤੋਂ ਹੀ ਬਾਹਰ ਹੋ ਗਿਆ ਜੀ, ਔਰ ਸਾਡੇ ਰਿਲੇਸ਼ਨ ਵੀ ਨਹੀਂ ਉਹ ਰਹੇ ਜਿਹੜੇ ਰਹਿਣੇ ਚਾਹੀਦੇ ਸੀ, ਆਈ ਡੋਂਟ ਨੋ, ਮੈਂ ਮਤਲਬ ਇਹਦੇ ਵਿੱਚ ਕਦੇ ਵੀ ਪਤਾ ਨੀ ਉਹਨਾਂ ਨੇ ਵੀ ਕੁਛ ਮਹਿਸੂਸ ਨੀ ਕੀਤਾ ਭਾਜੀ, ਕਿ ਅਸੀਂ ਅੱਗੇ ਵੀ ਕਰ ਸਕਦੇ ਸੀ ਕੰਮ, ਮਤਲਬ ਕਿਉਂਕਿ ਭਾਜੀ ਦੇਖੋ ਇੱਕ ਚੀਜ਼ ਆਪਾਂ ਕਰ ਲਈ, ਕਿਉਂਕਿ ਮੇਰਾ ਟੇਸਟ ਹੈ ਭਾਜੀ, ਐਕਚੁਅਲੀ ਮੇਰਾ ਟੇਸਟ ਬਹੁਤ ਹੈ ਫਿਊਜ਼ਨ ਮਿਊਜ਼ਿਕ, ਜਿਹੜਾ ਰੌਕ ਸਟਾਈਲ, ਬੜਾ ਮਨ, ਪਰ ਉਹ ਭਾਜੀ ਹੁਣ ਕੁਛ ਏਦਾਂ ਦਾ ਹੋ ਗਿਆ ਕਿ ਉਹ ਚੀਜ਼ ਹੈ ਨਾ, ਮਤਲਬ ਪ੍ਰੋਪਰਲੀ ਹੋਈ ਨੀ ਜੀ ਦੁਬਾਰਾ, ਬਸ ਫਿਰ ਮਨ ਨੀ ਕੀਤਾ ਭਾਜੀ ਬਹੁਤ, ਹੁਣ ਮੈਂ ਕਰ ਰਿਹਾ ਭਾਜੀ ਗਾਣੇ ਕੁਛ ਕੈਂਪ ਰੈਂਟਿਕ ਜਿੰਨਾ ਕੀਤੇ ਆ, ਹਾਂਜੀ ਹੈ ਨਾ, ਪੰਜਾਬ 'ਚ ਵੀ ਕਰ ਰਿਹਾ, ਇੱਥੇ ਬਰਮਿੰਘਮ ਵੀ ਇੱਕ ਦੋ ਜਣਿਆਂ ਨਾਲ ਮਤਲਬ ਮਿਊਜ਼ਿਕ ਕਰ ਰਿਹਾ, ਕੰਮ ਤਾਂ ਹੁਣ ਕਰਾਂਗੇ ਭਾਜੀ। ਵਾਹ ਜੀ ਵਾਹ, ਵਾਹ ਜੀ ਵਾਹ। ਵੈਸੇ ਭਾਅ ਜੀ ਮੇਰਾ ਖਿਆਲ ਜਿਹੜਾ ਗੀਤ ਖਜ਼ਾਨਾ ਹੈ, ਇੱਕ ਤਰ੍ਹਾਂ ਸਾਡੇ ਵਿਰਸੇ ਦੇ ਉੱਤੇ ਫਰਮਾਇਆ ਗਿਆ, ਖਾਸ ਕਰਕੇ ਪੰਜਾਬ ਦੀ ਜੋ ਹੈਰੀਟੇਜ ਹੈ ਉਹਦੇ ਉੱਤੇ ਗੀਤ ਉਹ ਫਰਮਾਇਆ। ਮੈਂ ਕਿਹਾ ਦੋ ਕੁ ਲਾਈਨਾਂ ਤੁਸੀਂ ਸੁਣਾ ਦਿਓ, ਜਿਹੜੇ ਸਾਡੇ ਇੱਥੇ ਇੰਗਲੈਂਡ ਅਤੇ ਪੂਰੀ ਦੁਨੀਆਂ ਦੇ ਵਿੱਚ ਪੰਜਾਬ ਨੂੰ ਪਿਆਰ ਕਰਨ ਵਾਲੇ ਇਸ ਵਕਤ ਜੁੜੇ ਨੇ, ਉਹਨਾਂ ਦੇ ਨਾਂ ਤੁਸੀਂ ਇਹ ਜ਼ਰੂਰ ਦੋ ਕੁ ਲਾਈਨਾਂ ਸਾਨੂੰ ਸੁਣਾਓ ਜੀ। ਵਾਹ ਜੀ ਵਾਹ। ਪੰਜਾਬ ਜਿਹੜਾ ਰੱਬਾ ਮੁੱਕੇ ਨਾ ਖਜ਼ਾਨਾ ਭਾਜੀ, ਉਹਦੇ ਚ ਕਾਫੀ ਗੱਲਾਂ ਨੇ, ਵਾਹ ਜੀ ਵਾਹ, ਬਿਲਕੁਲ ਜੀ ਬਿਲਕੁਲ, ਜੋ ਆਪਣੇ ਪੰਜਾਬ ਚ ਕਿ ਕਦੇ ਵੀ ਉਹ ਚੀਜ਼ ਨਾ ਮੁੱਕੇ, ਕਿਉਂਕਿ ਪੰਜਾਬ ਜਾਣਾ ਜਾਂਦਾ ਪੰਜਾਬੀਅਤ ਨਾਲ, ਪੰਜਾਬੀ ਗੱਭਰੂਆਂ ਨਾਲ, ਢਾਡੀਆਂ ਨਾਲ, ਜੱਥਿਆਂ ਨਾਲ, ਹਾਂਜੀ ਹਾਂਜੀ, ਤੇ ਮਤਲਬ ਕਬੱਡੀ ਨਾਲ ਜਾਣਾ ਜਾਂਦਾ ਹੈ ਨਾ, ਟੋਲਿਆਂ ਨਾਲ, ਪੱਟਾਂ ਨਾਲ, ਬਿਲਕੁਲ ਜੀ ਬਿਲਕੁਲ, ਪੰਜਾਬ ਨੂੰ ਜਾਣਿਆ ਜਾਂਦਾ। ਵਾਹ ਵਾਹ, ਇੱਕ ਗੱਲ ਬੜੀ ਸੋਹਣੀ ਲਿਖੀ ਸੀ ਪੰਮੇ ਦਾ ਲਿਖਿਆ, ਯਾਦਵਿੰਦਰ ਪੰਮਾ, ਵਾਹ ਜੀ, ਮੈਂ ਤੁਹਾਨੂੰ ਸੁਣਾਉਣਾ, ਹਾਂਜੀ, ਹਾਂ ਸੋਰੀ ਡੋਲਿਆ ਪੱਟਾਂ ਦਾ, ਸਾਗ ਖੇਤਾਂ ਚ ਵੱਟਾਂ ਦਾ, ਜਿੱਥੇ ਪੈਂਦਾ ਭੰਗੜਾ ਤੇ ਗਿੱਧਾ ਬੇਹਿਸਾਬ ਦਾ, ਰੱਬਾ ਮੁੱਕੇ ਨਾ ਖਜ਼ਾਨਾ ਮੇਰੇ ਪੰਜਾਬ ਦਾ, ਹੋ ਰੱਬਾ ਮੁੱਕੇ ਨਾ ਖਜ਼ਾਨਾ ਸਾਡੇ ਪੰਜਾਬ ਦਾ, ਰੱਬਾ ਮੁੱਕੇ
ਬਿਨਾ ਖਜ਼ਾਨਾ ਤੇਰੇ ਪੰਜਾਬ ਦਾ। ਵਾਹ ਜੀ ਵਾਹ, ਬਾ ਕਮਾਲ ਭਾਜੀ, ਬਾ ਕਮਾਲ, ਤੁਸੀਂ ਤੇ ਪੰਜਾਬ ਚੇਤੇ ਕਰਾਤਾ ਇੱਥੇ ਸਟੂਡੀਓ 'ਚ ਸਾਨੂੰ। ਵਾਹ ਜੀ ਵਾਹ, ਬਹੁਤ ਖੂਬ ਬਹੁਤ ਖੂਬ। ਵੈਸੇ ਭਾਜੀ, ਕੁਛ ਦਿਨ ਪਹਿਲਾਂ ਮੇਰੀ ਗੱਲਬਾਤ ਹੋ ਰਹੀ ਸੀਗੀ ਜੋ ਇਸ ਵਕਤ ਸਾਡੇ ਨਾਲ ਜੁੜੇ ਨੇ, ਕਾਫੀ ਤੁਹਾਡੇ ਚਾਹੁਣ ਵਾਲੇ ਜੁੜੇ ਨੇ ਇਸ ਵਕਤ ਇੰਸਟਾਗ੍ਰਾਮ 'ਤੇ। ਪ੍ਰਵੀਨ ਪਾਲੀਵਾਲ ਸਾਹਿਬ ਮੈਨੂੰ ਦੱਸ ਰਹੇ ਸੀਗੇ ਰਾਜਸਥਾਨ ਦੇ ਰਹਿਣ ਵਾਲੇ, ਉਹ ਮੈਨੂੰ ਜ਼ਿਕਰ ਕਰ ਰਹੇ ਸੀ ਤੁਹਾਡਾ ਗੀਤ ਆਜਾ ਜਾਣੀ ਪੜੋਸ ਨੇ ਅਜੇ ਵੀ ਰਾਜਸਥਾਨ ਦੇ ਡੀ ਜੇ 'ਚ ਚੱਲਦਾ ਹੈ। ਕਿੱਦਾਂ ਮਹਿਸੂਸ ਕਰਦੇ ਹੋ, ਇੰਨਾ ਪੁਰਾਣਾ ਗੀਤ ਅਜੇ ਤੱਕ ਵੀ ਵਿਆਹ ਸ਼ਾਦੀਆਂ ਦੇ ਵਿੱਚ ਚੱਲਦਾ ਇਹ ਗੀਤ? ਹਾਂਜੀ, ਇਹ ਤਾਂ ਕਮਾਲ, ਇਹ ਤਾਂ ਤੁਸੀਂ ਰਾਜਸਥਾਨ 'ਚ ਗਾਣਾ ਸੁਣ ਰਹੇ ਨੇ ਜਿਹੜੇ ਨਾਨ ਪੰਜਾਬੀ, ਪਰ ਕੀ ਹੋ ਸਕਦਾ ਭਾਜੀ ਜਦੋਂ ਏਦਾਂ ਦੀ ਗੱਲ ਤੁਸੀਂ ਮੈਨੂੰ ਦੱਸ ਰਹੇ ਹੋ, ਤੇ ਰੀਅਲੀ ਮੈਂ ਇਸ ਗੱਲ ਲਈ ਤੁਹਾਡਾ ਇੰਨਾ ਥੈਂਕਫੁਲ ਹਾਂ। ਔਰ ਰਾਜਸਥਾਨ ਜਿੰਦਾਬਾਦ ਜਿਹੜੇ ਸੁਣ ਰਹੇ ਨੇ ਜੀ, ਆਜਾ ਆਜਾ ਨੀ ਪੜੋਸ ਨੇ ਐਕਚੁਲੀ ਭਾਜੀ ਬੀਟ ਸੀ ਨਾ ਏਦਾਂ ਦੀ, ਫਸਟ ਸੌਂਗ ਸੀ ਜਿਹੜਾ ਥੋੜਾ ਜਿਹਾ ਮਤਲਬ ਕੈਚੀ ਜਿਹਾ, ਬਹੁਤ ਕੈਚੀ ਜਿਹੀ ਗੱਲ ਸੀਗੀ, ਤੇ ਉਹ ਗਾਣੇ ਦਾ ਵੀਡੀਓ ਵੀ ਅਸੀਂ ਬੰਬੇ ਕੀਤਾ। ਹਾਂਜੀ ਹਾਂਜੀ, ਉਹ ਗੀਤ ਮਕਬੂਲ ਵੀ ਹੋਇਆ ਸੀ ਦੌਰ 'ਚ, ਕਿਉਂਕਿ ਮੈਨੂੰ ਯਾਦ ਹੈ ਮੇਰੀ ਤਾਂ ਕਾਫੀ ਛੋਟੀ ਉਮਰ ਸੀਗੀ ਜਦੋਂ ਉਹ ਗੀਤ ਰਿਲੀਜ਼ ਹੋਇਆ ਸੀਗਾ, ਤੇ ਮੈਨੂੰ ਚੇਤਾ ਹੈ ਅਜੇ ਵੀ ਕਿ ਉਹ ਇੱਥੇ ਇੰਗਲੈਂਡ ਟੀਵੀ ਚੈਨਲ ਦੇ ਉੱਤੇ ਕੌਂਸਟੈਂਟ ਲੱਗਦਾ ਹੁੰਦਾ ਸੀਗਾ ਉਹ ਟਰੈਕ, ਕਿਉਂਕਿ ਬਹੁਤ ਉਸ ਦੌਰ ਦੇ ਵਿੱਚ ਤੁਸੀਂ ਤੁਹਾਡਾ ਗੀਤ ਸੀਗਾ ਇੱਕ, ਆਪਣੇ ਕੁਲਬੀਰ ਹੋਣਾ ਦਾ ਇੱਕ ਗੀਤ ਆਇਆ ਸੀਗਾ ਮੇਰੇ ਮੰਜੇ ਥੱਲੇ ਕੌਣ ਪਾਬੀ ਦੀਵਾ ਜਗਾ, ਬੜਾ ਗੀਤ ਆ ਬਹੁਤ ਮਕਬੂਲ ਉਸ ਦੌਰ ਦੇ ਵਿੱਚ, ਬਹੁਤ ਇੱਦਾਂ ਦੇ ਗੀਤ ਆ ਰਹੇ ਸੀਗੇ ਬੜੇ ਕਮਾਲ ਦੇ, ਜਿਹੜਾ ਸੁਣਨ ਨੂੰ ਬੜਾ ਸ਼ੌਂਕ ਹੁੰਦਾ ਸੀ ਕਈਆਂ ਨੂੰ, ਬਹੁਤ ਵਧੀਆ ਦੌਰ ਸੀਗਾ, ਅਤੇ ਅਜੇ ਵੀ ਉਹ ਗੀਤ ਅਜੇ ਵੀ ਸਾਨੂੰ ਸਾਰਿਆਂ ਨੂੰ ਪਸੰਦ ਆ। ਇਨਫੈਕਟ ਇੱਕ ਵਾਰ ਮੈਂ ਹੁਣ ਮੈਂ ਇੱਕ ਵਾਰ ਫਿਰ ਮੈਂ ਦੱਸਣਾ ਚਾਹਾਂਗਾ ਸਾਡੇ ਕੋਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੈਂ ਕਿਹਾ ਸਾਫ਼ ਸੁਥਰੇ ਗਾਇਕ ਹਰਭਜਨ ਸ਼ੇਰਾ ਸਾਹਿਬ ਸਾਡੇ ਨਾਲ ਜੁੜੇ ਨੇ। ਸੋ ਭਾਜੀ, ਇਹ ਤਕਰੀਬਨ 8 ਸਾਲ ਹੋ ਗਏ ਆ ਖਜ਼ਾਨਾ ਐਲਬਮ ਨੂੰ, ਉਸ ਤੋਂ ਬਾਅਦ ਕੋਈ ਇੰਨੇ ਗੀਤ ਤੁਹਾਡੇ ਨਹੀਂ ਆਏ, ਇੱਕ ਇੰਨਾ ਲੰਬਾ ਵਕਫਾ ਲੈਣ ਦਾ ਕੀ ਤੁਹਾਡਾ ਕਾਰਨ ਹੈ, ਕਾਰਨ ਕੀ ਹੈ? ਭਾਜੀ ਇੰਨਾ ਲੰਬਾ ਕੁਛ ਜਿਹੜਾ ਅੱਜ ਦਾ ਸਟਾਈਲ ਚੱਲ ਰਿਹਾ, ਇਸ ਸਟਾਈਲ 'ਚ ਅਸੀਂ ਫਿੱਟ ਨਹੀਂ ਬੈਠਦੇ, ਤੇ ਹੁਣ ਕੁਛ ਕਰ ਰਹੇ ਭਾਜੀ, ਮਤਲਬ ਗੈਪ 'ਚ ਕਾਫੀ ਪੈ ਗਿਆ, ਕੁਛ ਗਾਣੇ ਕੀਤੇ ਸੀਗੇ ਉਹ ਅੱਛੇ ਤਰੀਕੇ ਨਾਲ ਨਹੀਂ ਹੋ ਸਕੇ, ਹੈ ਨਾ, ਹਾਂਜੀ ਹਾਂਜੀ, ਹੋ ਨਹੀਂ ਪਾਇਆ, ਜਿੱਥੇ ਕੁਛ ਟਰੈਕ ਬਣੇ ਹੋਏ ਨੇ ਉਹਨਾਂ ਨੂੰ ਮਤਲਬ ਪ੍ਰੋਪਰਲੀ ਨਹੀਂ ਅਸੀਂ ਮਤਲਬ ਵੀਡੀਓ ਨਹੀਂ ਹੋ ਸਕਿਆ, ਕੁਛ ਹਜੇ ਬੰਦ ਹੀ ਪਏ ਨੇ, ਹੈ ਨਾ, ਕਰ ਰਹੇ ਭਾਜੀ ਹੁਣ ਦੁਬਾਰਾ ਨਵੇਂ ਸਿਰਿਓਂ ਕਰ ਰਹੇ ਹਾਂ, ਬਹੁਤ ਗੜਬੜ ਗਈ ਹੈ, ਬਹੁਤ ਗੈਪ ਤਾਂ ਪੈ ਗਿਆ, ਇਹਦੀ ਮੈਂ ਮਾਫ਼ੀ ਚਾਹੁੰਦਾ, ਕਿਉਂਕਿ ਤੁਹਾਡੇ ਚੋਣ ਬੜੇ ਇੱਦਾਂ ਦੇ ਹੈ, ਕਿਉਂਕਿ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ ਬਹੁਤ ਤੁਹਾਡੇ ਗੀਤਾਂ ਨੂੰ ਪਿਆਰ ਕਰਦੇ ਨੇ, ਖਾਸ ਕਰਕੇ ਇੱਕ ਮੇਰੇ ਕੋਲ ਹੋਰ ਵੀ ਕੁਛ ਸਵਾਲ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਆ, ਖਾਸ ਕਰਕੇ ਇੰਗਲੈਂਡ ਦੇ ਸ਼ਹਿਰਾਂ ਦੇ ਵਿੱਚੋਂ ਹੀ ਇਹ ਮੈਨੂੰ ਸਵਾਲ ਆਏ ਨੇ। ਰਾਜੀਵ ਕੁਮਾਰ ਵੋਲਸੋਲ ਤੋਂ ਤੁਹਾਨੂੰ ਕਹਿ ਰਹੇ ਜੀ ਸਤਿ ਸ਼੍ਰੀ ਅਕਾਲ, ਪਿਆਪੜੀ ਸਤਿ ਸ਼੍ਰੀ ਅਕਾਲ, ਇਹਨਾਂ ਨੇ ਸਵਾਲ ਭੇਜਿਆ ਕਿ ਹਰਭਜਨ ਸ਼ੇਰਾ ਹੋਣਾਂ ਨੂੰ ਹੋਣਾਂ ਦੀ ਇੱਕ ਧਾਰਮਿਕ ਐਲਬਮ ਆਈ ਸੀਗੀ ਪੱਲਾ ਫਲ ਲਿਆ ਸ਼ੇਰਾਵਾੜੀ ਦਾ, ਬਹੁਤ ਪਸੰਦ ਆ ਉਹਨਾਂ ਨੂੰ ਐਲਬਮ, ਉਹ ਬਹੁਤ ਤਕਰੀਬਨ ਸਾਰੇ ਗੀਤ ਉਹਨਾਂ ਨੂੰ ਬੜੇ ਪਸੰਦ ਹੈ, ਸੋ ਇਹ ਧਾਰਮਿਕ ਰੰਗ ਜੋ ਖਾਸ ਕਰਕੇ ਧਾਰਮਿਕ ਅਸਥਾਨਾਂ ਦੇ ਵਿੱਚ ਤੁਸੀਂ ਪਰਫਾਰਮ ਕਰਦੇ ਹੋ, ਇਹ ਸਬੱਬ ਕਿੱਥੋਂ ਸ਼ੁਰੂ ਹੋਇਆ? ਭਾਜੀ ਇਹ ਰਮਨ ਭਾਜੀ, ਜਿੱਦਾਂ ਸਾਡੇ ਨਾ ਪੰਜਾਬ 'ਚ ਜਾਗਰਣ ਬਹੁਤ ਹੁੰਦੇ, ਮੇਲੇ ਬੜੇ ਹੁੰਦੇ ਆ, ਹਾਂਜੀ ਹਾਂਜੀ, ਤੇ ਤੁਹਾਨੂੰ ਪਤਾ ਵੀ ਕਲਾਕਾਰ ਜਿਹੜੇ ਵੀ ਕਲਾਕਾਰ ਹੈ ਗਾਉਣ ਤੋਂ ਬਿਨਾਂ ਨਹੀਂ ਰਹਿ ਸਕਦੇ, ਜੇ ਕਲਾਕਾਰ ਨੂੰ ਮੈਨੂੰ ਹੰਸ ਭਾਜੀ ਦੀ ਬੜੀ ਅੱਛੀ ਗੱਲ ਲੱਗਦੀ ਹੈ, ਤੇ ਜੇ ਕਿਸੇ ਕਲਾਕਾਰ ਨੂੰ ਮਤਲਬ ਮੌਤ ਦੀ ਸਜ਼ਾ ਦੇਣੀ ਹੈ ਕਿਸੇ ਜੱਜ ਨੇ, ਤੇ ਜੱਜ ਉਹਨੂੰ ਕਹਿ ਦੇਵੇ ਅੱਜ ਤੋਂ ਬਾਅਦ ਤੇਰਾ ਗਾਉਣਾ ਬੰਦ, ਤੇ ਕਹਿੰਦੇ ਸਮਝ ਲਓ ਉਹਨੂੰ ਫਾਂਸੀ ਹੋ ਗਈ, ਉਹ ਮਰ ਗਿਆ। ਵਾਹ ਜੀ ਵਾਹ, ਨਹੀਂ ਗੱਲ ਸਹੀ ਹੈ ਤੁਹਾਡੀ, ਕਿਉਂਕਿ ਦੇਖੋ ਜੀ ਹੰਸ ਆ ਹੰਸ ਬੜੇ ਉਹਨਾਂ ਨੂੰ ਵੀ ਬਹੁਤ ਚਾਹੁੰਦੇ ਆ ਉਹਨਾਂ ਦੇ ਗੀਤ ਸਾਰੇ, ਖਾਸ ਕਰਕੇ ਜਿਹੜੇ ਕਲਾਕਾਰ ਵੀ ਉਹਨਾਂ ਨੂੰ ਕਾਫੀ ਸਜਦਾ ਕਰਦੇ ਆ ਉਹਨਾਂ ਦੇ ਗੀਤਾਂ ਨੂੰ, ਤੇ ਬਹੁਤ ਅੱਛੀ ਗੱਲ ਕਹੀ ਹੈ ਤੁਸੀਂ। ਹਾਂਜੀ ਭਾਜੀ, ਫਿਰ ਉਹ ਜਾਗਰਣ ਮੈਂ ਕਰਦਾ ਜੀ, ਜਿੱਦਾਂ ਪੰਜਾਬ ਦੇ ਵਿੱਚ ਕਾਫੀ ਜਾਗਰਣ, ਉਹਨੂੰ ਇੰਗਲੈਂਡ ਵੀ ਮੈਨੂੰ ਕਾਫੀ ਜਾਗਰਣ ਦਾ ਕਹਿ ਰਹੇ, ਜਿੱਦਾਂ ਮੈਂ ਮਾਰਚ 'ਚ ਆਉਣਾ ਹੁਣ ਫੈਬ ਦੇ ਵਿੱਚ, ਦੋ ਚਾਰ ਦਿਨਾਂ ਤੱਕ ਮੈਂ ਜਾਣਾ ਇੰਡੀਆ, ਫੈਬ ਲਾਸਟ ਜਾਂ ਮਾਰਚ ਦੇ ਵਿੱਚ ਆਊਂਗਾ, ਇੱਥੇ ਕਾਫੀ ਜਾਗਰਣ ਦੀ ਕਾਫੀ ਕਹਿ ਰਹੇ ਵੀ ਮਤਲਬ ਪ੍ਰੋਗਰਾਮਸ ਵੀ ਨੇ ਅੱਗੇ ਬਾਰੇ, ਬਸ ਤੁਹਾਡੀਆਂ ਦੁਆਵਾਂ ਰਹੀਆਂ, ਤੇ ਤੁਸੀਂ ਮਹਾਰਾਜ ਸਾਨੂੰ ਇੰਨਾ ਐਕਸਪਲੋਰ ਕਰਦੇ ਹੋ ਸਾਰਿਆਂ ਦੇ ਵਿੱਚ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ, ਕਰਮ ਨਵਾਜ਼ੀ ਕੀਤੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਸੋ ਇਹ ਸਵਾਲ ਆਇਆ ਸੀ ਰਾਜੀਵ ਕੁਮਾਰ ਵੋਲਸੋਲ ਤੋਂ, ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਉਹ ਵੀ ਇਸ ਵਕਤ ਸਾਨੂੰ ਸੁਣ ਰਹੇ ਲਾਈਵ। ਨਾਲ ਦੀ ਨਾਲ ਹੁਣ ਇੱਕ ਸਵਾਲ ਆਇਆ ਜੀ ਆਪਣੇ ਅਮਰਿੰਦਰ ਸਿੰਘ ਬਰਮਿੰਗਮ ਦੇ ਰਹਿਣ ਵਾਲੇ, ਉਹ ਕਹਿ ਰਹੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੇਰਾ ਭਾਜੀ, ਹਾਂਜੀ, ਅਤੇ ਉਹਨਾਂ ਨੇ ਕਿਹਾ ਹਰਭਜਨ ਸ਼ੇਰਾ ਦੇ ਨਾਮ ਪਿੱਛੇ ਸ਼ੇਰਾ ਕਿਵੇਂ ਲੱਗਿਆ, ਇਹ ਤਖਲਸ ਤੁਹਾਡੇ ਨਾਮ ਪਿੱਛੇ ਕਿੱਦਾਂ ਲੱਗਿਆ ਸ਼ੇਰਾ? ਵੈਸੇ ਭਾਜੀ ਮੇਰਾ ਗਿੱਲ ਗੋਤ ਹੈ ਹਰਭਜਨ ਸਿੰਘ ਗਿੱਲ, ਹਾਂਜੀ, ਤੇ ਉਦਾਂ ਸ਼ੇਰਾ ਨਾਮ ਨਿਕਨੇਮ ਸੀਗਾ, ਤੇ ਜਦੋਂ ਮੈਂ ਐਜ਼ ਅ ਸਿੰਗਰ ਆਉਣ ਲੱਗਾ ਤੇ ਸਾਰੇ ਸ਼ੇਰਾ 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 ਕਹਿੰਦੇ ਸੀਗੇ, ਤੇ ਉਹਨਾਂ ਨੇ ਫਿਰ ਹਰਭਜਨ ਸ਼ੇਰਾ ਕਰਤਾ,
ਬਾਕੀ ਲੱਗਦਾ ਜੀ ਕੋਈ ਬੱਬਰ ਸ਼ੇਰ ਹੀ ਖੜਾ ਹੈ ਮਾਈਕ ਲੈ ਕੇ। ਵਾਹ ਜੀ। ਵੈਸੇ ਇਹ ਸੀ ਆਪਣੇ ਅਮਰਿੰਦਰ ਸਿੰਘ ਬਰਮਿੰਗਮ ਤੋਂ ਇਹਨਾਂ ਸਵਾਲ ਇਹਨਾਂ ਨੇ ਪੁੱਛਿਆ। ਫਿਰ ਜੀ ਸਵਾਲ ਆਇਆ ਜੀ ਸੁਖਵੰਤ ਸਿੰਘ ਮੈਨਚੈਸਟਰ ਤੋਂ, ਉਹਨਾਂ ਨੇ ਉਹ ਵੀ ਕਹਿੰਦੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਭਜਨ ਸ਼ੇਰਾ ਜੀ। ਅੱਛਾ ਉਹਨਾਂ ਨੇ ਸਵਾਲ ਭੇਜਿਆ ਬੜਾ ਕਮਾਲ ਦਾ, ਉਹਨਾਂ ਨੇ ਕਿਹਾ ਜੀ ਕਿ ਭਾਅ ਜੀ ਅੱਜ ਕੱਲ੍ਹ ਗੀਤ ਰੀਕ੍ਰੀਏਟ ਕਰਨ ਦਾ ਜ਼ਮਾਨਾ ਬਹੁਤ ਆ ਗਿਆ, ਜਿੱਦਾਂ ਫੋਰ ਐਗਜ਼ਾਮਪਲ 90s ਦੇ ਗੀਤ ਵਾਪਸ ਆ ਰਹੇ ਤੁਹਾਡੇ ਜਿੱਦਾਂ ਇੱਕ ਮਾਡਰਨ ਟੱਚ ਨਾਲ, ਜਿੱਦਾਂ ਹੁਣ ਜੈਜ਼ੀ ਵੀ ਉਹਨਾਂ ਨੇ ਲੰਡਨੋਂ ਪਟੋਲਾ ਇੱਕ ਵੱਖਰੇ ਤੰਗ ਨਾਲ ਲੈ ਕੇ ਆਏ ਕਾਫੀ ਸਾਲਾਂ ਬਾਅਦ। ਅਤੇ ਜੇ ਗੱਲ ਕਰੀਏ ਤੁਹਾਡੀ ਗੀਤਾਂ ਦੇ ਬਾਰੇ, ਤੁਸੀਂ ਆਪਣੇ ਗੀਤਾਂ ਦੇ ਵਿੱਚੋਂ ਜੇ ਤੁਹਾਨੂੰ ਮੌਕਾ ਮਿਲੇ ਮਾਡਰਨ ਟੱਚ ਦੇਣ ਨੂੰ ਅੱਜ ਦੇ ਦੌਰ ਦੇ ਵਿੱਚ, ਕਿਹੜਾ ਗੀਤ ਤੁਸੀਂ ਚਾਹੋਗੇ ਦੁਬਾਰਾ ਗਾਉਣ ਨੂੰ? ਜੀ ਇਹ ਰਮਨ ਭਾਜੀ ਅਗਰ ਤੁਸੀਂ ਇਹ ਗੱਲ ਦਾ ਜਵਾਬ ਸਾਰਿਆਂ ਤੋਂ ਲਓ ਨਾ ਬੈਟਰ ਹੈ, ਕਿਉਂਕਿ ਪਤਾ ਕੀ ਆ ਮੇਰੇ ਨਾਲੋਂ ਜ਼ਿਆਦਾ ਮੈਨੂੰ ਵਾਚ ਤੁਸੀਂ ਕਰਦੇ ਹੋ ਜਾਂ ਸਰੋਤੇ ਕਰਦੇ ਹੋ, ਜਿਹੜੇ ਵੀ ਪੰਜਾਬੀ ਮੇਰੇ ਫੈਨ ਨੇ ਉਹ ਜ਼ਿਆਦਾ ਬੈਟਰ ਦੱਸਣਗੇ ਕਿ ਕਿਹੜੇ ਗੀਤ ਨੂੰ ਆਪਾਂ ਮਤਲਬ ਰੀਲਾਂਚ ਕਰੀਏ ਜਾਂ ਕਿਹੜੇ ਗੀਤ ਨੂੰ ਰੀਮਿਕਸ ਕਰੀਏ। ਬੈਟਰ ਇਹ ਆ ਕਿ ਤੁਸੀਂ ਥੋੜਾ ਜਿਹਾ ਇੱਕ ਜਿੱਥੇ ਇੰਨੇ ਸਵਾਲ ਪਾਏ ਨੇ ਇੱਕ ਸਵਾਲ ਸਾਡੇ ਵੱਲੋਂ ਮੇਰੇ ਵੱਲੋਂ ਇਹ ਵੀ ਪਾ ਦਿਓ ਇੱਕ। ਦੇਖੋ ਜੀ ਸਵਾਲ ਦਾ ਉਹ ਜਵਾਬ ਵੀ ਮੇਰੇ ਕੋਲ ਹੈਗਾ ਹੈ, ਜ਼ਿਆਦਾ ਦੇਰੀ ਨਹੀਂ ਮੈਨੂੰ ਲੱਗਣੀ ਉਸ ਜਵਾਬ ਦੇਣ ਨੂੰ, ਕਿਉਂਕਿ ਇਹਨਾਂ ਨੇ ਕਿਹਾ ਜੀ ਕਹਿੰਦੇ ਨੇ ਨੈਣਾ ਜਿਹਾ ਗੀਤ ਆ ਉਹ ਜ਼ਰੂਰ ਸਾਨੂੰ ਰੀਕ੍ਰੀਏਟ ਕਰਕੇ ਦਿਓ ਮਾਡਰਨ ਟੱਚ ਦੇ ਨਾਲ ਮਾਡਰਨ ਪ੍ਰੋਡਕਸ਼ਨ ਦੇ ਨਾਲ, ਕਿਉਂਕਿ ਉਹ ਗੀਤ ਵੈਸੇ ਅੱਜ ਦੇ ਦੌਰ ਦੇ ਵਿੱਚ ਘੱਟ ਹੀ ਇੱਦਾਂ ਦੇ ਗੀਤ ਬਣਦੇ ਨੇ। ਉਹ ਭਾਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਵਾਸਤੇ, ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਕਿ ਤੁਸੀਂ ਭਾਜੀ ਤੁਹਾਡੀ ਪਰਸਨੈਲਿਟੀ ਨੂੰ ਤੁਹਾਡੇ ਆਕਾਸ਼ ਰੇਡੀਓ ਨੂੰ ਔਰ ਪੰਜਾਬੀ ਜਿੰਨੇ ਵੀ ਸੁਣ ਰਹੇ ਨੇ ਸਭ ਨੂੰ ਮੇਰੀ ਬਸ ਦਿਲੋਂ ਇਹ ਇੱਕ ਭਾਜੀ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਮੈਕਸੀਮਮ ਭਾਜੀ ਪੰਜਾਬੀ ਪੰਜਾਬੀ ਮਸਟ ਰੱਖੋ, ਅਤੇ ਕਿਉਂਕਿ ਮੈਂ ਕਾਫੀ ਘਰਾਂ 'ਚ ਗਿਆ ਅਤੇ ਇੰਗਲਿਸ਼ ਬੋਲ ਰਿਹਾ, ਆਪਣੀ ਪਨੀਰੀ ਭਾਜੀ ਜਿਹੜੀ ਅਗਲੀ ਪਨੀਰੀ ਆ ਬਿਲਕੁਲ ਭਾਜੀ ਮਤਲਬ ਪੰਜਾਬੀ ਖਤਮ ਹੋ ਜਾਣੀ ਹੈ ਇੱਦਾਂ, ਇਹ ਜ਼ਰੂਰ ਕਰੋ ਭਾਜੀ ਹੈ ਨਾ, ਕਿਉਂਕਿ ਇਸ ਮਾਂ ਬੋਲੀ ਨੂੰ ਭਾਜੀ ਦੁਨੀਆਂ 'ਤੇ ਸਲਾਮ ਹੈ, ਸਰਦਾਰ ਜੀ ਕਿਹਾ ਜਾਂਦਾ ਭਾਜੀ, ਇੱਕ ਹੀ ਕੌਮ ਹੈ ਜਿਹਦੇ ਪਿੱਛੇ ਜੀ ਲੱਗਦਾ, ਪਲੀਜ਼ ਇਹ ਜ਼ਰੂਰ ਹੋਵੇ ਔਰ ਸਾਰੇ ਖੁਸ਼ ਰਹੋ ਭਾਜੀ, ਆਪਣੀ ਕਮਿਊਨਿਟੀ ਦੀ ਵੱਧ ਤੋਂ ਵੱਧ ਸਪੋਰਟ ਕਰੋ, ਇੱਕ ਦੂਜੇ ਨਾਲ ਪਿਆਰ ਕਰੋ, ਕਿਉਂਕਿ ਭਾਜੀ ਇਹ ਪੌਂਡਾਂ ਨੇ ਸਾਨੂੰ ਸਾਹ ਨਹੀਂ ਲੈਣ ਦੇਣਾ, ਬਹੁਤ ਇਹਨਾਂ ਨੇ ਘੁਮਾਈ ਪਈ ਹੈ ਗੁੱਡੀ, ਵੈਸੇ ਤੁਸੀਂ ਕਾਫੀ ਵਧੀਆ ਐਕਸਪੀਰੀਅੰਸ ਕਰ ਲਿਆ ਇੱਥੇ ਇੰਗਲੈਂਡ ਆ ਕੇ, ਫਿਰ ਕਈ 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 ਤੁਹਾਡੇ ਵਰਗੀ ਇੱਦਾਂ ਦੀਆਂ ਰੂਹਾਂ ਮਿਲੀਆਂ ਮਤਲਬ ਮੈਂ ਸੱਚੀ ਦੱਸਾਂ ਭੁੱਲਣਾ ਹੀ ਨਹੀਂ ਹੈ, ਇੱਦਾਂ ਦੇ ਮਿਲੇ ਆ ਕਈ ਇੱਦਾਂ ਦੇ ਮਿਲੇ ਆ ਕਿ ਦੂਰੋਂ ਹੀ ਮੱਥਾ ਟੇਕਦੇ ਆ। ਵਾਹ ਜੀ ਵਾਹ, ਕਹਿੰਦਾ ਮਤਲਬ ਤੁਸੀਂ ਇੰਗਲੈਂਡ ਤੋਂ ਹੁਣ ਤੁਸੀਂ ਬਹੁਤ ਵੱਡਾ ਖਜ਼ਾਨਾ ਨਾਲ ਲੈ ਕੇ ਜਾ ਰਹੇ ਹੋ ਤੁਸੀਂ ਪਿਆਰ ਦਾ, ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਸਾਰੀ। ਵਾਹ ਜੀ ਵਾਹ ਵਾਹ, ਸਾਡੇ ਚ ਵੀ ਲੱਖਾਂ ਹੀ ਕਮੀਆਂ ਨੇ ਹੋਣਗੀਆਂ। ਵਾਹ ਜੀ ਵਾਹ। ਵੈਸੇ ਭਾਜੀ ਮੈਨੂੰ ਚੇਤਾ ਹੈ ਵੈਸੇ, ਕਿਉਂਕਿ ਸਮਾਂ ਵੀ ਬੜਾ ਥੋੜ੍ਹਾ ਹੈ, ਕਿਉਂਕਿ ਹੋਰ ਵੀ ਤੁਹਾਡੇ ਗੀਤਾਂ ਦੀਆਂ ਫਰਮਾਇਸ਼ਾਂ ਵੀ ਬਹੁਤ ਹੋਈਆਂ, ਉਹ ਵੀ ਮੈਂ ਸਾਂਝੀਆਂ ਕਰਨੀਆਂ ਸਾਡੇ ਲਿਸਨਰ ਨੂੰ, ਖਾਸ ਕਰਕੇ ਜੇ ਗੱਲ ਕਰੀਏ ਤੁਹਾਡੇ ਧਾਰਮਿਕ ਐਲਬਮਾਂ ਦੇ ਬਾਰੇ, ਤੁਸੀਂ ਮਾਟਾ ਦੀਆਂ ਪੇਟਾਂ ਵੀ ਬਹੁਤ ਖੂਬਸੂਰਤ ਗਾਈਆਂ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਵੀ ਕਾਫੀ ਤੁਸੀਂ ਇੱਕ ਦੋ ਮੈਨੂੰ ਚੇਤਾ ਹੈ ਤਾਂ ਧਾਰਮਿਕ ਗੀਤ ਗਾਏ ਸੀਗੇ ਤੁਸੀਂ, ਅਤੇ ਆਪਣੀ ਪਸੰਦੀਦਾ ਕੋਈ ਧਾਰਮਿਕ ਗੀਤ ਦੀਆਂ ਦੋ ਕੁ ਲਾਈਨਾਂ ਸਾਨੂੰ ਸੁਣਾ ਦਿਓ, ਕਿਉਂਕਿ ਸਾਰੇ ਪਾਸੇ ਮਾਹੌਲ ਉਸ ਤਰ੍ਹਾਂ ਦਾ ਬਣ ਜਾਏ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਗਾਇਕ ਹਰਭਜਨ ਸ਼ਰਮਾ ਸਾਹਿਬ ਸਾਡੇ ਨਾਲ ਜੁੜੇ ਨੇ, ਬੜੇ ਅੱਛੇ ਕਲਾਕਾਰ ਨੇ, ਬੜੀ ਮਿੱਠੀ ਆਵਾਜ਼ ਹੈ, ਕਿਉਂਕਿ ਘੱਟ ਹੀ ਇੱਦਾਂ ਦੇ ਕਲਾਕਾਰ ਹੁੰਦੇ ਨੇ, ਅਤੇ ਬਹੁਤ ਵਧੀਆ ਕਲਾਕਾਰ ਨੇ। ਅਤੇ ਹਾਂਜੀ ਭਾਜੀ, ਸੋ ਦੋ ਕੁ ਲਾਈਨਾਂ ਕੁਛ ਧਾਰਮਿਕ ਸੁਣਾ ਦਿਓ ਜੀ ਸਾਨੂੰ, ਸਾਰੇ ਪਾਸੇ ਉਦਾਂ ਦਾ ਮਾਹੌਲ ਬਣ ਜਾਏ ਤੇ ਥੋੜਾ ਮਾਲਕ ਨੂੰ ਚੇਤਾ ਕਰਨ ਦਾ ਮਾਹੌਲ ਬਣਨਾ ਚਾਹੀਦਾ ਜੀ। ਵਾਹ, ਇੱਕ ਤਾਰ ਪਿਆ ਛੇੜੇ ਇੱਕ ਹੱਥ ਚੌਰ ਫੱਬੇ, ਹਾਂ ਇੱਕ ਤਾਰ ਪਿਆ ਛੇੜੇ ਇੱਕ ਹੱਥ ਚੌਰ ਫੱਬੇ,
ਮੇਰੇ ਮਾਹੀ ਦੇ ਦੋ ਸਾਥੀ, ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਬਾਲਾ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਆਲੇ ਦੁਆਲੇ ਸੀ ਨਾ। ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਗੰਗਾ ਨਹਾਉਣ ਵਾਲਾ, ਦੂਜਾ ਮੱਕੇ ਦਾ ਪੁਜਾਰੀ। ਇੱਕ ਗੰਗਾ ਨਹਾਉਣ ਵਾਲਾ, ਦੂਜਾ ਮੱਕੇ ਦਾ ਪੁਜਾਰੀ, ਐਸੀ ਮੁੱਢ ਤੋਂ ਦੋਹਾਂ ਦੀ, ਸੱਚੇ ਪਾਤਸ਼ਾਹ ਨਾ ਯਾਰੀ। ਵਾਹ ਜੀ ਵਾਹ। ਜਿੱਥੇ ਪਹੁੰਚਣਾ ਸੀ ਪਹੁੰਚੇ, ਪੰਧ ਮੁੱਕ ਗਏ ਨੇ ਸਭੇ। ਵਾਹ। ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ। ਵਾਹ ਜੀ ਵਾਹ। ਮੇਰੇ ਮਾਹੀ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ। ਵਾਹ ਜੀ ਵਾਹ, ਬਹੁਤ ਖੂਬ ਭਾਜੀ, ਤੁਸੀਂ ਤੇ ਮਾਹੌਲ ਹੀ ਬਦਲਤਾ, ਪੂਰਾ ਅਧਿਆਤਮਿਕ ਮਾਹੌਲ ਬਣਾਤਾ ਪੂਰਾ। ਵਾਹ ਜੀ ਵਾਹ, ਵਾਹ ਜੀ ਵਾਹ। ਵੈਸੇ ਭਾਜੀ, ਇਹ ਧਾਰਮਿਕ ਰੰਗ ਜਿਹੜਾ ਹੈ ਨਾ, ਬਹੁਤ ਮੇਰਾ ਖਿਆਲ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ। ਵੈਸੇ ਭਾਜੀ ਧਾਰਮਿਕ ਨਾ, ਤੁਹਾਨੂੰ ਸੱਚ ਦੱਸਾਂ, ਦਿਲੋਂ ਪਤਾ ਨਹੀਂ ਧਾਰਮਿਕ ਗਾਇਆ ਹੀ ਇੰਨਾ ਰੂਹ ਨਾਲ ਜਾਂਦਾ। ਕੁਛ ਪੇਟਾਂ ਗਾਈਆਂ ਮੈਂ, ਕੁਛ ਸ਼ਬਦ ਗਾਏ ਨੇ ਧਾਰਮਿਕ, ਬੜਾ ਮਜ਼ਾ ਆਉਂਦਾ ਭਾਜੀ ਧਾਰਮਿਕ ਕਹਿ ਲਈਏ। ਜਿੱਦਾਂ ਜਿੱਦਾਂ ਹੁਣ ਅੱਗੇ ਜਾ ਰਹੇ ਹਾਂ ਅਸੀਂ, ਮਤਲਬ ਮੇਰਾ ਆਪਣਾ ਪਰਸਨਲੀ ਵੀ ਇੱਧਰ ਝੁਕਾਅ ਬਹੁਤ ਜ਼ਿਆਦਾ ਹੈ, ਅੱਛਾ ਲੱਗਦਾ ਭਾਜੀ। ਅੱਗੇ ਮੈਂ ਇੱਕ ਧਾਰਮਿਕ ਨਾ, ਹੁਣ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਆਉਣਾ ਨਾ ਛੋਟੇ ਸਾਹਿਬਜ਼ਾਦਿਆਂ ਦਾ, ਉਹ ਨਵਾਂ ਬਣਾ ਲਿਆ ਰਮਨ ਭਾਜੀ, ਜਾ ਕੇ ਵੀਡੀਓ ਕਰਾਂਗੇ ਤੇ ਉਹ ਵੀ ਮੈਂ ਜਦੋਂ ਨੈਕਸਟ ਆਊਂਗਾ ਨਾ, ਮਹੀਨਾ ਦੂਜਾ ਠੰਡ ਜੋਰਦੀ, ਧੰਨ ਗੁਜਰੀ ਮਾਂ ਜਿਹੜੀ ਪੋਤੇ ਤੋਰਦੀ, ਨਾਤੇ ਆਪਣੇ ਤੋਂ ਤੋੜ ਦਿੱਤੇ ਪਿਆਰ ਦੀ ਤੰਦੇ, ਤੈਨੂੰ ਤਰਸਣਾ ਆਇਆ ਸੁਣਾ ਦੀ ਇੱਕ। ਜਾਣ ਤੋਂ ਪਹਿਲੇ ਸਾਡੇ ਇੱਕ ਤੁਹਾਡੇ ਬੜੇ ਕੱਟੜ ਫੈਨ ਇਸ ਵਕਤ ਸਾਡੇ ਨਾਲ ਜੁੜੇ ਨੇ, ਵਿਨੋਦ ਪਾਲੀਵਾਲ ਸਾਹਿਬ, ਜੋ ਪ੍ਰਵੀਨ ਪਾਲੀਵਾਲ ਦੇ ਬ੍ਰਦਰ ਨੇ, ਤੇ ਉਹ ਕਹਿ ਰਹੇ ਨੇ ਕਿ ਕਹਿੰਦੇ ਨੇ ਨੈਣਾ ਤੇ ਦੁੱਖ ਤੋੜ ਦਿੱਤੇ ਗੀਤ ਬਹੁਤ ਪਸੰਦ ਨੇ ਉਹਨਾਂ ਨੂੰ, ਤੇ ਦੁੱਖ ਤੋੜ ਦਿੱਤੇ ਗੀਤ ਕੁਛ ਕੁ ਚਣਕ ਲੈਣਾ ਸਾਨੂੰ ਜ਼ਰੂਰ ਉਹਨਾਂ ਦੇ ਡੈਡੀਕੇਟ ਕਰ ਦਿਓ। ਹਾਏ ਹਾਏ ਹਾਏ, ਦੁੱਖ ਤੋੜ ਦਿੱਤੇ, ਕੀ ਬਾਤ ਹੈ ਭਾਜੀ, ਗੁੱਡ ਤੇ ਮੁਖਤਾਰ ਸਹੋਤਾ ਜੀ ਦੀ ਹੈਗਾ ਮਿਊਜ਼ਿਕ। ਹਾਂਜੀ। ਰੂਪ ਚੜ ਗਿਆ ਤੇਰਾ ਹੀਰਾ ਫੇਰੀਆਂ ਨੂੰ, ਪੰਨ ਲਾਉਂਦਾ ਏ ਵਗਦੀਆਂ ਮੇਰੀਆਂ ਨੂੰ, ਮੇਕਾ ਮਾਰਦਾ ਏ ਰੰਗ ਗੋਰਾ ਰੂ, ਹੋ ਉਮਰਾਂ ਦੇ ਦੁੱਖ ਤੋੜ ਦਿੱਤੇ ਜੱਟੀਏ ਤੂੰ, ਉਮਰਾਂ ਦੇ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਵਾਸਤੇ। ਥੈਂਕ ਯੂ ਭਾਜੀ, ਸਾਰੇ ਸੁਣਨ ਵਾਲਿਆਂ ਦਾ ਵੀ ਇੱਕ ਵਾਰੀ ਰੀਅਲੀ ਦਿਲੋਂ ਭਾਜੀ ਤੁਹਾਡਾ ਸਭ ਦਾ ਸਤਿਕਾਰ ਪਿਆਰ ਤੁਸੀਂ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਗਾਇਕ ਹਰਭਜਨ ਸ਼ੇਰਾ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।